ਗੁਜਰਾਤ ਸਰਕਾਰ ਦੀਆਂ ਕਈ ਏਜੰਸੀਆਂ ਨੇ ਰੋਜ ਦੀ ਸਮਾਲ ਤੇ ਮੀਡੀਅਮ ਲੈਵਲ ਇੰਡਸਟਰੀ ਨੂੰ ਕੋਲਾ ਦੇਣ ਦੀ ਬਜਾਏ ਇਹਨੂੰ ਦੂਜੇ ਰਾਜਾਂ ਦੇ ਉਦਯੋਗਾਂ ਨੂੰ ਜ਼ਿਆਦਾ ਕੀਮਤ ਦੇਤੇ ਵੇਚ ਕੇ 5000 ਤੋਂ ਲੈ ਕੇ 6000 ਕਰੋੜ ਰੁਪਏ ਦਾ ਘਟਾਲਾ ਕੀਤਾ ਗੁਜਰਾਤ ਸਰਕਾਰ ਦੇ ਵੱਲੋਂ ਜਿਹੜੀ ਬਣਾਈ ਗਈ ਏਜੰਸੀ ਆ ਗੁਜਰਾਤ ਕੋਲ ਕੋਕ ਟ੍ਰੇਡ ਐਸੋਸੀਏਸ਼ਨ ਉਹਦੇ ਡਾਇਰੈਕਟਰ ਜਿਹੜੇ ਨੇ ਅਲੀ ਹਸਨੈਨ ਦੋਸਾਨੀ ਹੋਏ ਕਹਿੰਦਾ ਤੇ ਜਿਆਦਾ ਕੋਲਾ ਜਿਹੜਾ ਸੀਗਾ ਦੱਖਣੀ ਗੁਜਰਾਤ ਦੇ ਕੱਪੜਾ ਉਦਯੋਗਾਂ ਨੂੰ ਅਸੀਂ ਸਪਲਾਈ ਕਰਦੇ ਆ ਸਾਊਥ ਗੁਜਰਾਤ ਟੈਕਸਟਾਈਲ ਪ੍ਰੋਸੈਸਰਸ ਐਸੋਸੀਏਸ਼ਨ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਇਸ ਧੰਦੇ ਦੇ ਵਿੱਚ ਉਹ 45 ਸਾਲ ਤੋਂ ਆ ਰੇਸ ਯੋਜਨਾ ਦੇ ਤਹਿਤ ਕਦੇ ਕਿਸੇ ਪ੍ਰਕਾਰ ਦਾ ਕੋਲਾ ਉਹਨਾਂ ਨੂੰ ਮਿਲਿਆ ਹੀ ਨਹੀਂ ਜਦੋਂ ਉਹਦੀ ਪੜਤਾਲ ਕੀਤੀ ਗਈ ਜਿਹੜੇ ਗੁਜਰਾਤ ਸਰਕਾਰ ਨੇ ਜਿੰਨਾਂ ਨੂੰ ਨਿਯੁਕਤ ਕੀਤਾ ਤਾਂ ਇਹ ਸਾਰਾ ਕੁਝ ਬੋਗਸ ਸਾਹਮਣੇ ਆਇਆ ਏਜੰਸੀਆਂ ਨੇ ਜਿਹੜਾ ਪਤਾ ਲਿਖਾਇਆ ਉਸ ਨਾਮ ਦੇ ਉੱਤੇ ਉੱਥੇ ਕੋਈ ਕੰਪਨੀ ਹੈ ਨਹੀਂਗੀ ਪਿਛਲੇ ਸਾਲਾਂ ਦੇ ਦੌਰਾਨ ਇਹ ਜਿਹੜਾ ਘਟਾਲਾ ਹੈ ਤੇ ਉਹ ਵੇਖੀਏ ਤਾਂ 6000 ਕਰੋੜ ਰੁਪਏ ਦਾ ਘਟਾਲਾ ਹੈ ਚਾਹੇ 에어ਪੋਰਟ ਨੇ ਉਹ ਦੇਤੇ ਲਗਭਗ ਸਾਰੇ ਬੋਰਡ ਨੇ ਤੁਸੀਂ ਉਹਦਾ ਜ਼ਿਕਰ ਕੀਤਾ ਸੀ ਗੁਜਰਾਤ ਵਾਲੇ ਦਾ ਉਹ ਦੇਤੇ ਰੇਲਵੇ ਸਟੇਸ਼ਨ ਵੇਚਤੇ ਲਾਈਨਾਂ ਵੇਚਤੀਆਂ ਜਿਹੜੀਆਂ ਟ੍ਰੇਨ ਲਾਈਨ ਸੀ ਉਹ ਵੀ ਵੇਚ ਦਿੱਤੀਆਂ ਪਰ ਪ੍ਰਾਈਵੇਟ ਹੱਥਾਂ ਦੇ ਵਿੱਚ ਔਰ ਬਹੁਤ ਜਲਦੀ ਤੁਹਾਨੂੰ ਪ੍ਰਾਈਵੇਟ ਟ੍ਰੇਨਾਂ ਹੀ ਚਲਦੀਆਂ ਨਜ਼ਰ ਆਉਣੀਆਂ ਨੇ ਕਾਮੇ ਹੜਤਾਲ ਦੇ ਉੱਤੇ ਚਲੇਗੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਬਦਲਵੇਂ ਪ੍ਰਬੰਧ ਕਰ ਲਏ ਹੁਣ ਸਾਨੂੰ ਕਿਸੇ ਕਿਸਮ ਦੀ ਜ਼ਰੂਰਤ ਨਹੀਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਘਬਰਾਹਤ ਤਾਂ ਹੋਣੀ ਸੀਗੀ ਹਾਲਟ ਪੈਣੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਕਰਦੇ ਆ ਚੰਡੀਗੜ੍ਹ ਦੇ 1 2 3 ਅੱਗੇ ਤੋਂ ਅੱਗੇ ਜਿਹੜੇ ਏਰੀਆ ਸੀ ਉਹ ਬੰਦ ਹੋਣੇ ਸ਼ੁਰੂ ਹੋ ਗਏ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਸਰ ਪਿਆ ਉਹ ਹਸਪੀਟਲਾਂ ਦਾ ਪਿਆ ਹੁਣ ਜਦੋਂ ਮੁਸ਼ਕਲ ਪਈ ਚੰਡੀਗੜੀਆਂ ਨੂੰ ਇਹ ਉਹਨਾਂ ਨੂੰ ਚੇਤਾ ਆਇਆ ਕਿ ਸਾਡਾ ਵੀ ਡਬਲ ਇੰਜਨ ਵਾਲਾ ਤੇ ਜਿਹੜੇ ਉਹ ਲੱਭਦੇ ਨਹੀਂ ਕਿ ਕਿਰਨ ਖੇਰ ਨੂੰ ਘੱਟੋ ਘੱਟ ਆ ਕੇ ਚੰਡੀਗੜੀਆਂ ਦੇ ਵਾਸਤੇ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਉਹਨਾਂ ਨੂੰ ਮੀਡਲ ਮੈਨ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਣੀ ਚਾਹੀਦੀ ਸੀ ਕਿ ਕਿਸੇ ਪਾਸੇ ਕੱਲ ਤੁਰਦੀ ਹੜਤਾਲ ਤੱਕ ਨਾ ਆਉਦੀ ਉਹ ਲੱਭੇ ਨਹੀਂ ਹੁਣ ਜਿਹੜੀ ਇਹ ਚੰਡੀਗੜ੍ਹ ਦੇ ਵਿੱਚ ਐਜੀਟੇਸ਼ਨ ਹੋਈ ਆ ਬਿਜਲੀ ਮੁਲਾਜ਼ਮਾਂ ਦੀ ਇਹ ਵੀ ਨਵੇਕਲੀ ਆ ਉਹ ਕਹਿੰਦੇ ਤੁਸੀਂ ਪ੍ਰਾਈਵੇਟਾਈਜ਼ ਕਿਉਂ ਕਰਨਾ ਚਾਹੁੰਦੇ ਹੋ ਜਦੋਂ ਉਹ ਬਿਹਤਰ ਤਰੀਕੇ ਨਾਲ ਚੱਲ ਰਿਹਾ ਹੈ ਘਾਟੇ ਦੇ ਵਿੱਚ ਪਾ ਰਿਹਾ ਜਦੋਂ ਕੰਗਨਾ ਰਣੌਤ ਨੇ ਇਹ ਸੁਸ਼ਾਤ ਸਿੰਘ ਰਾਜਪੂਤ ਦੀ ਜਦੋਂ ਮੌਤ ਹੁੰਦੀ ਆ ਉਸ ਤੋਂ ਬਾਅਦ ਇਸ ਮਾਮਲੇ ਨੂੰ ਚੁੱਕਿਆ ਤੇ ਉਹਦੇ ਨਾਲ ਬੜੇ سارے ਲੋਕ ਜੁੜ ਗਏ ਦਿਨਾਂ ਦੇ ਦੌਰਾਨ ਕੁਝ ਲੋਕ ਇਸ ਤਰ੍ਹਾਂ ਦੇ ਉੱਠੇ ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਬੋਲ ਕੇ ਉਸ ਕੁਝ ਸਮੇਂ ਦੇ ਵਾਸਤੇ ਖਬਰਾਂ ਤਾਂ ਬਣਾ ਲੀਆਂ ਪਰ ਲੋਕਾਂ ਦੇ ਵਿੱਚ ਤੋਏ-ਤੋਏ ਬਹੁਤ ਹੋ ਗਈ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੈਗੇ ਹਰਜੀਤ ਗਰੇਵਾਲ ਹੋ ਗਿਆ ਜੀਤ ਜਿਆਣੀ ਹੋ ਗਿਆ ਇਸ ਤਰ੍ਹਾਂ ਦੇ ਕੁਝ ਲੋਕ ਸਨ ਕੰਗਣਾ ਰਣੌਤਕਰ ਬਹੁਤ ਅੱਗੇ ਲੰਗੀ ਜੇ ਉਦੋਂ ਮਾਫੀ ਮੰਗ ਲੈਂਦੀ ਤੇ ਘੱਟੋ ਘੱਟ ਇਹ ਮੁਸ਼ਕਲ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਕੈਰੀਅਰ ਦਾ ਉਹਦਾ ਜਿੱਥੇ ਇੱਕ ਖੜਾ ਉਹ ਦਿੰਦਾ ਹੀ ਆ ਇਸ ਵੇਲੇ ਉਹ ਐਕਚੁਅਲੀ ਇਹੋ ਜੇ ਕੰਮਾਂ ਦੇ ਵਿੱਚੋਂ ਹੀ ਪ੍ਰਸਿੱਧੀ ਪਾ ਲਈ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਤੇ ਆਰ ਪਾਰ ਦੀ ਚਰਚਾ ਕਰਨ ਲਈ ਲੈ ਕੇ ਹਾਜ਼ਰ ਹੋ ਆਂ ਪ੍ਰੋਗਰਾਮ ਵਿਚਾਰ ਚਰਚਾ ਗੁਜਰਾਤ ਦੇ ਵਿੱਚ 6000 ਕਰੋੜ ਰੁਪਏ ਦਾ ਕੋਇਲਾ ਕੋਟਾਲਾ ਸਾਹਮਣੇ ਆਇਆ ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਚਰਚਾ ਕਰਾਂਗੇ ਕਿ ਚੰਡੀਗੜ੍ਹ ਆਖਰ ਹਨੇਰੇ ਵਿੱਚ ਕਿਉਂ ਡੁੱਬ ਗਿਆ ਤੇ ਬਠਿੰਡਾ ਅਦਾਲਤ ਵੱਲੋਂ ਕੰਗਣਾ ਰਣੌਤ ਨੂੰ 19 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਕਿਉਂ ਦਿੱਤੇ ਗਏ ਨੇ ਤੇ ਕੀ ਕੰਗਣਾ ਰਣੌਤ ਉੱਥੇ ਪੇਸ਼ ਹੋਏਗੀ ਇਹਨਾਂ ਮੁੱਦਿਆਂ ਤੇ ਚਰਚਾ ਕਰਨਗੇ ਜੀ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਜੀ ਸਭ ਤੋਂ ਪਹਿਲਾਂ ਗੁਜਰਾਤ ਦੀ ਗੱਲ ਕਰੀਏ ਹਮੇਸ਼ਾ ਤੋਂ ਹੀ ਵਿਵਾਦਾਂ ਵਿੱਚ ਰਹੀ ਆਏ ਹਲੇ ਕੁਝ ਸਮਾਂ ਹੀ ਲੰਘਿਆ ਏ ਕਿ ਅ ਬੜੀ ਵੱਡੀ ਹੈਰੋਇਨ ਖੇਪ ਦੇ ਮਾਮਲੇ ਵਿੱਚ ਗੁਜਰਾਤ ਦੀ ਬੰਦਰਗਾਹ ਜਿਹੜੀ ਹੈ ਉਹ ਚਰਚਾ ਵਿੱਚ ਸੀ ਤੇ ਹੁਣ 6000 ਕਰੋੜ ਰੁਪਏ ਦੇ ਕੋਇਲਾ ਕੋਟਾਲੇ ਨੂੰ ਲੈ ਕੇ ਗੁਜਰਾਤ ਸਰਕਾਰ ਇੱਕ ਵਾਰ ਫੇਰ ਚਰਚਾ ਚ ਹੈ ਕੀ ਕਹਿਣਾ ਚਾਹੋਗੇ ਜਦੋਂ ਵੈਸੇ ਬੈਂਕਾਂ ਦੇ ਪੈਸੇ ਜਿਹੜੇ ਹੜੱਪ ਕੇ ਭੱਜਣ ਵਾਲਿਆਂ ਦੇ ਮਾਮਲੇ ਦੇ ਵਿੱਚ ਵੀ ਯਾਰਾ ਚਰਚਾਤ ਹੈ ਜੀ ਜਦੋਂ ਕੋਈ ਬੈਂਕ ਦਾ ਕੋਟਾਲਾ ਨਿਕਲਦਾ ਤੇ ਉਹਦੇ ਵਿੱਚ ਪਤਾ ਨਹੀਂ ਕਿਉਂ ਇਸ ਸੂਬੇ ਦਾ ਨਾਮ ਮੂਰਲੀ ਕਤਾਰ ਦੇ ਵਿੱਚ ਆ ਜਾਂਦਾ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਅਰਬਾ ਰੁਪਏ ਦੀ ਖੇਪ ਸੀਗੀ ਹਰਵਿੰਦੀ ਉਹ ਵੀ ਗੁਜਰਾਤ ਦੇ ਪੋਰਟ ਤੋਂ ਫੜੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ ਬੜਾ ਇਹਦਾ ਚਰਚਾ ਹੋਇਆ ਸੀਗਾ ਐਕਚੁਅਲੀ ਇਹ ਜਿਹੜੀ ਪੋਰਟ ਆ ਕਿਉਂਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਹੈ ਇਸ ਵੇਲੇ ਖੈਰ ਦੇ ਉਹਨੂੰ ਪਾਸੇ ਕਰੀਏ ਤੇ ਅਜ ਇੱਕ ਨਵੇਂ ਘਟਾਲੇ ਦੇ ਵਿੱਚ ਚਰਚਾ ਹੈ 6000 ਕਰੋੜ ਰੁਪਏ ਦਾ ਕੋਲਾ ਘਟਾਲਾ ਸਾਹਮਣੇ ਆ ਰਿਹਾ ਆ ਪਿਛਲੇ 14 ਸਾਲਾਂ ਦੇ ਵਿੱਚ ਗੁਜਰਾਤ ਸਰਕਾਰ ਦੀਆਂ ਕਈ ਏਜੰਸੀਆਂ ਨੇ ਰੋਜ ਦੀ ਸਮਾਲ ਤੇ ਮੀਡੀਅਮ ਲੈਵਲ ਇੰਡਸਟਰੀ ਨੂੰ ਕੋਲਾ ਦੇਣ ਦੀ ਬਜਾਏ ਇਹਨੂੰ ਦੂਜੇ ਰਾਜਾਂ ਦੇ ਉਦਯੋਗਾਂ ਨੂੰ ਜ਼ਿਆਦਾ ਕੀਮਤ ਦੇਤੇ ਵੇਚ ਕੇ 5000 ਤੋਂ ਲੈ ਕੇ 6000 ਕਰੋੜ ਰੁਪਏ ਦਾ ਘਟਾਲਾ ਕੀਤਾ ਜੀ ਔਰ ਕੋਲ ਇੰਡੀਆ ਦੀਆਂ ਜਿਹੜੀਆਂ ਕੋਲੇ ਦੀਆਂ ਖੱਡਾਂ ਨੇ ਉਹਦੇ ਵਿੱਚੋਂ ਕੱਢਿਆ ਗਿਆ ਕੋਲਾ ਇਹ ਉਹ ਨਾ ਉਦਯੋਗਾ ਤੱਕ ਪਹੁੰਚਿਆ ਹੀ ਨਹੀਂ ਜਿਹਦੇ ਵਾਸਤੇ ਉਹਨੂੰ ਉੱਥੋਂ ਕੱਢਿਆ ਗਿਆ ਸੀਗਾ ਮਤਲਬ ਕਿ ਜਿਹੜੀਆਂ ਕਿਉਂਕਿ ਇਹ ਕੰਟਰੈਕਟ ਬੇਸ ਦੇ ਉੱਤੇ ਨਿਕਲਦਾ ਜੀ ਕੋਲਾ ਜਿਹੜੀਆਂ ਕੰਪਨੀਆਂ ਨੇ ਉਹ ਪਹਿਲਾਂ ਕੰਟਰੈਕਟ ਕਰਦੀਆਂ ਨੇ ਖੱਡ ਵਾਲਿਆਂ ਦੇ ਨਾਲ ਫਿਰ ਉਹ ਉੱਥੋਂ ਕੋਲਾ ਕੱਢਿਆ ਜਾਂਦਾ ਇਹ ਉਹ ਨਹੀਂਗਾ ਕਿ ਕੋਲਾ ਕੱਢ ਲਿਆ ਤੇ ਬਾਅਦ ਦੇ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਹੁੰਦਾ ਹੈ ਔਰ ਇਹ ਕਹਿਿਆ ਜਾ ਰਿਹਾ ਕਿ ਟਰਾਂਸਪੋਰਟ ਸਿਸਟਮ ਦੇ ਨਾਲ ਜੁੜੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੋਲਾ ਗਾਇਬ ਹੋਣ ਦੀ ਜਦੋਂ ਹਕੀਕਤ ਪਤਾ ਲੱਗੀ ਆ ਤੇ ਹੁਣ ਉਹ ਭੱਜ ਰਹੇ ਨੇ ਜਵਾਬ ਦੇਣ ਤੋਂ ਕੋਲ ਇੰਡੀਆ ਦੀਆਂ ਜਿਹੜੀਆਂ ਖੱਡਾਂ ਨੇ ਉਹਦੇ ਵਿੱਚੋਂ ਗੁਜਰਾਤ ਦੇ ਵਪਾਰੀਆ ਛੋਟੇ ਬਿਜ਼ਨਸ ਦੇ ਨਾਂ ਦੇਤੇ 60 ਲੱਖ ਟਨ ਟਨ ਕੋਲਾ ਭੇਜਿਆ ਗਿਆ ਔਰ ਇਹਦੀ ਕੀਮਤ ਜਿਹੜੀ ਆ ਉਹ 3000 ਰੁਪਏ ਪ੍ਰਤੀ ਟਨ ਦੇ ਹਿਸਾਬ ਤੋਂ ਲੈ ਕੇ 1800 ਕਰੋੜ ਰੁਪਏ ਹੁੰਦੀ ਹੈ ਵਪਾਰੀਆਂ ਤੇ ਜਿਹੜੇ ਉਦਯੋਗ ਸੀ ਉਹਨਾਂ ਨੂੰ ਵੇਚਣ ਦੇ ਵਾਸਤੇ 8 ਤੋਂ 10000 ਰੁਪਏ ਪ੍ਰਤੀ ਟਨ ਦੀ ਕੀਮਤ ਦੇਤੇ ਦੂਜੇ ਰਾਜਾਂ ਨੂੰ ਵੇਚ ਕੇ ਇਹ ਕਾਲਾ ਬਾਜ਼ਾਰੀ ਕੀਤੀ ਗਈ। ਇਹਦੇ ਵਿੱਚ ਕੁਝ ਡਮੀ ਜਾਂ ਲਾਪਤਾ ਏਜੰਸੀਆਂ, ਗੁਜਰਾਤ ਸਰਕਾਰ ਦੇ ਕੁਝ ਅਧਿਕਾਰੀ ਉਹਨਾਂ ਦੀ ਮਿਲੀਭੁਗਤ ਹੈ। ਜਿਹੜਾ ਕੋਲਾ ਮੰਤਰਾਲਾ ਹੈ ਸੈਂਟਰ ਵਾਲਾ ਉਹ ਇਹ ਕਹਿੰਦੇ ਨੇ ਕਿ ਰਾਜ ਸਰਕਾਰ ਦੇ ਵੱਲੋਂ ਨਿਯੁਕਤ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਲਾ ਦਿੱਤਾ ਜਾਂਦਾ ਇਸ ਤੋਂ ਬਾਅਦ ਸਾਡੇ ਇਹ ਕਹਿੰਦੇ ਜ਼ਿੰਮੇਵਾਰੀ ਪੂਰੀ ਹੋ ਜਾਂਦੀ ਹੈ ਜਦੋਂ ਕਿ ਕੋਲ ਇੰਡੀਆ ਦੇ ਜਿਹੜੇ ਡਾਇਰੈਕਟਰ ਨੇ ਸਤਿੰਦਰ ਤਵਾੜੀ ਉਹ ਇਹ ਕਹਿੰਦੇ ਆ ਕਿ ਏਜੰਸੀਆਂ ਨੂੰ ਨਿਯੁਕਤ ਕਰਨਾ ਰਾਜ ਸਰਕਾਰ ਦੇ ਉਦਯੋਗ ਵਿਭਾਗ ਦੀ ਜ਼ਿੰਮੇਵਾਰੀ ਆ ਇਹਦੇ ਸਬੰਧ ਦੇ ਵਿੱਚ ਕੋਈ ਵੀ ਮਾਮਲਾ ਆਵੇ ਤਾਂ ਰਾਜ ਦੇ ਗ੍ਰਹਿ ਵਿਭਾਗ ਦੇ ਧਿਆਨ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਇਹਦੇ ਲਈ ਜ਼ਰੂਰੀ ਸਬੂਤ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹੋਇਆ ਇਹ ਆ ਕਿ ਐਡੇ ਵੱਡੇ ਘਟਾਲੇ ਨੂੰ ਜਿਹੜਾ ਉਹ ਅੰਜਾਮ ਕਿਵੇਂ ਦਿੱਤਾ ਗਿਆ ਕੇਂਦਰ ਦੇ ਵਿੱਚ ਉਹ ਨੀਤੀ ਆ ਜਿਹੜੀ ਕੇਂਦਰ ਸਰਕਾਰ ਨੇ 2007 ਦੇ ਵਿੱਚ ਜਿਹੜੀ ਸਮਾਲ ਸਕੇਲ ਇੰਡਸਟਰੀ ਆ ਉਹਨੂੰ ਸਸਤੀਆਂ ਕੀਮਤਾਂ ਦੇ ਉੱਤੇ ਚੰਗਾ ਕੋਲਾ ਮੁਹੱਈਆ ਕਰਾਉਣ ਦੇ ਵਾਸਤੇ 2007 ਦੇ ਵਿੱਚ ਇਹ ਪਾਲਿਸੀ ਬਣਾਈ ਸੀ 2008 ਦੇ ਵਿੱਚ ਇਹਨੂੰ ਲਾਗੂ ਕਰਤਾ ਇਸ ਨੀਤੀ ਦੇ ਤਹਿਤ ਗੁਜਰਾਤ ਦੀ ਸਮਾਲ ਜਿਹੜੀ ਇੰਡਸਟਰੀ ਆ ਉਹਦੇ ਵਾਸਤੇ ਹਰ ਮਹੀਨੇ ਕੋਲ ਇੰਡੀਆ ਦੇ ਅ ਬੈਸਟ ਕੋਲ ਫੀਲਡ ਤੇ ਸਾਊਥ-ਈਸਟ ਕੋਲ ਫੀਲਡ ਤੋਂ ਕੋਲਾ ਕੱਢ ਕੇ ਭੇਜਿਆ ਜਾਂਦਾ ਸੀਗਾ ਇਹ ਤੋਂ ਪਹਿਲਾਂ ਕੋਲ ਇੰਡੀਆ ਨੂੰ ਗੁਜਰਾਤ ਸਰਕਾਰ ਦੇ ਉਦਯੋਗ ਭਾਗ ਦੇ ਵੱਲੋਂ ਜ਼ਰੂਰੀ ਕੋਲੇ ਦੇ ਜਿੰਨੀ ਉਹਨੂੰ ਕੁਆਂਟੀਟੀ ਚਾਹੀਦੀ ਆ ਉਹਦੀ ਡਿਟੇਲ ਭੇਜੀ ਜਾਂਦੀ ਸੀ ਇਹਦੇ ਨਾਲ ਰਾਜ ਦੀ ਏਜੰਸੀ ਜਿਹੜੀ ਐਸ ਐਨ ਏ ਆ ਉਹ ਇਹ ਉਹਦੇ ਕੋਲੇ ਇੱਕ ਇਹਦੀ ਜਿਹੜੀ ਕਾਪੀ ਰਹਿੰਦੀ ਸੀ ਕਿ ਕਿਹਨੂੰ ਕਿੰਨਾ ਕੋਲਾ ਦੇਣਾ ਐਸ ਐਨ ਏ ਮਤਲਬ ਕਿ ਰਾਜ ਸਰਕਾਰ ਦੇ ਵੱਲੋਂ ਜਿਹੜੀ ਇਹ ਦਿੱਤੀ ਗਈ ਉਹ ਏਜੰਸੀ ਆ ਜਿਹੜੀ ਕੋਲ ਇੰਡੀਆ ਨੂੰ ਤੋਂ ਕੋਲਾ ਲੈ ਕੇ ਰਾਜਾਂ ਦੇ ਜਿਨ੍ਹਾਂ ਨੇ ਵਰਤਣਾ ਉਹਨਾਂ ਨੂੰ ਛੋਟੇ ਉਦਯੋਗਾਂ ਨੂੰ ਵੱਡੇ ਵਪਾਰੀਆਂ ਨੂੰ ਉਹ ਦੇਣ ਦੇ ਵਾਸਤੇ ਉਹ ਜ਼ਿੰਮੇਵਾਰ ਹੈ ਉਹਦੇ ਉਹਦੇ ਤੋਂ ਬਿਨਾ ਨਹੀਂ ਕੁਝ ਵੀ ਹੋ ਸਕਦਾ ਇਹਦੇ ਵਾਸਤੇ ਇਹ ਏਜੰਸੀ ਜਿਹੜਾ ਇਹਦੀ ਟਰਾਂਸਪੋਰਟ ਤੇ ਕੋਲੇ ਦੀ ਲਾਗਤ ਦੇ 5% ਦੇ ਦਰ ਦੇ ਨਾਲ ਜਿਹੜੇ ਪੈਸੇ ਵਸੂਲ ਕਰਦੀ ਹੈ ਮਤਲਬ ਕਿ ਸਰਵਿਸ ਚਾਰजेस ਜਿਹੜੇ ਇਤੋਂ ਬਾਅਦ ਏਜੰਸੀ ਇਹਨਾਂ ਕਾਰੋਬਾਰੀਆਂ ਦਾ ਛੋਟੇ ਉਦਯੋਗਾਂ ਨੂੰ ਹਰ ਸਾਲ 4200 ਟਨ ਜਾਂ ਉਹਦੇ ਕਰੀਬ-ਕਰੀਬ ਕੋਲਾ ਜਿਹੜਾ ਉਹ ਉਸ ਕੀਮਤ ਦੇ ਉੱਤੇ ਉਹ ਮੁਹੱਈਆ ਕਰਵਾਉਂਦੀ ਹੈ। ਗੁਜਰਾਤ ਸਰਕਾਰ ਦੇ ਵੱਲੋਂ ਕੋਲ ਇੰਡੀਆ ਨੂੰ ਕੋਲੇ ਦੇ ਜਿਹੜੇ ਖਰੀਦਣ ਵਾਲੇ ਨੇ ਉਹਨਾਂ ਦੀ ਸੂਚੀ ਡਿਟੇਲ ਜ਼ਰੂਰੀ ਕੋਲੇ ਕਿੰਨਾ ਉਹਨਾਂ ਨੂੰ ਚਾਹੀਦਾ ਹੈ ਕਿਹੜੀ ਏਜੰਸੀ ਤੋਂ ਕੋਲਾ ਭੇਜਿਆ ਜਾਊਗਾ ਇਹ ਸਾਰੀ ਜਾਣਕਾਰੀ ਜਿਹੜੀ ਉਹ ਦੇਣੀ ਹੁੰਦੀ ਹੈ। ਔਰ ਇਹ ਸਾਰੀ ਜਾਣਕਾਰੀ ਪੂਰੇ ਤਰੀਕੇ ਦੇ ਨਾਲ ਝੂਠੀ ਨਿਕਲੀ ਆ ਔਰ ਗੁਜਰਾਤ ਸਰਕਾਰ ਦੇ ਵੱਲੋਂ ਜਿਹੜੀ ਬਣਾਈ ਗਈ ਏਜੰਸੀ ਆ ਗੁਜਰਾਤ ਕੋਲ ਕੋਕ ਟ੍ਰੇਡ ਐਸੋਸੀਏਸ਼ਨ ਉਹਦੇ ਡਾਇਰੈਕਟਰ ਜਿਹੜੇ ਨੇ ਅਲੀ ਹਸਨਾਨ ਦੋਸਾਨੀ ਹੋਏ ਕਹਿੰਦਾ ਕਿ ਜਿਆਦਾ ਕੋਲ ਹੈ ਜਿਹੜਾ ਸਿਗਾ ਦੱਖਣੀ ਗੁਜਰਾਤ ਦੇ ਕਪੜਾ ਉਦਯੋਗਾਂ ਨੂੰ ਅਸੀਂ ਸਪਲਾਈ ਕਰਦੇ ਆ ਸਾਊਥ ਗੁਜਰਾਤ ਟੈਕਸਟਾਈਲ ਪ੍ਰੋਸੈਸਰਸ ਐਸੋਸੀਏਸ਼ਨ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਇਸ ਧੰਦੇ ਦੇ ਵਿੱਚ ਉਹ 45 ਸਾਲ ਤੋਂ ਆ ਰੇਸ ਯੋਜਨਾ ਦੇ ਤਹਿਤ ਕਦੇ ਕਿਸੇ ਪ੍ਰਕਾਰ ਦਾ ਕੋਲਾ ਉਹਨਾਂ ਨੂੰ ਮਿਲਿਆ ਹੀ ਨਹੀਂ ਜਿਹੜੇ ਕਾਗਜ਼ ਪੱਤਰ ਨੇ ਉਹਦੇ ਵਿੱਚ ਜਿਹੜੇ ਬਿਜ਼ਨਸ ਦੇ ਨਾਮ ਦੇਤੇ ਕੋਲ ਇੰਡੀਆ ਤੋਂ ਕੋਲਾ ਲਿਆ ਗਿਆ ਉਹ ਜਿਹੜੇ ਬਿਜ਼ਨਸ ਨੇ ਉਹਨਾਂ ਤੱਕ ਪਹੁੰਚਿਆ ਹੀ ਨਹੀਂ ਕਦੀ ਸ਼ਹਿੋਰ ਦਾ ਉਦਯੋਗ ਦੇ ਵਿੱਚ ਜਿਹੜਾ ਜੈ ਜਗਦੀਸ਼ ਐਗਰੋ ਇੰਡਸਟਰੀ ਆ ਉਹਨੂੰ ਦਿਖਾਇਆ ਗਿਆ ਕਿ ਇਹ ਕੋਲਾ ਉਹਨਾਂ ਤੋਂ ਲੈਂਦਾ ਇੰਡਸਟਰੀ ਦੇ ਜਿਹੜੇ ਜਗਜੀਤ ਜਗਦੀਸ਼ ਚੋਹਾਨ ਆ ਉਹ ਕਹਿੰਦਾ ਕਿ ਮੈਨੂੰ ਤਾਂ ਇਸ ਕਾਲ ਦਾ ਪਤਾ ਹੀ ਨਹੀਂ ਕਿ ਅਸੀਂ ਕਦੀ ਸਰਕਾਰ ਤੋਂ ਕੋਲਾ ਮੰਗਿਆ ਜਾਂ ਸਰਕਾਰ ਨੇ ਸਾਨੂੰ ਕੋਲਾ ਦਿੱਤਾ ਅਰੇ ਤੱਕ ਉਹ ਕਹਿੰਦਾ ਸਾਡੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਉਹ ਕਹਿੰਦੇ ਅਸੀਂ ਕੋਲਾ ਖਰੀਦੇ ਜ਼ਰੂਰ ਹੈ ਪਰ ਅਸੀਂ ਤਾਂ ਲੋਕਲ ਮਾਰਕੀਟ ਤੋਂ ਖਰੀਦੇ ਆ ਇਹ ਜਿਹੜੀ ਏਜੰਸੀ ਸਰਕਾਰ ਦੀ ਹੈ ਉਹਦੇ ਨਾਲ ਤਾਂ ਸਾਡੀ ਅਸੀਂ ਕਦੀ ਡੀਲ ਹੀ ਨਹੀਂ ਕੀਤੀ ਏ ਐਂਡ ਐਫ ਜਿਹੜੀ ਡੀਹਾਈਡਰੇਟ ਫੂਡਸ ਜਿਹੜੀ ਕੰਪਨੀ ਹੈ ਉਹਨੇ ਇਹ ਕਿਹਾ ਕਿ ਅਸੀਂ ਕੋਲੇ ਦਾ ਇਦਾਂ ਦਾ ਕੋਈ ਆਰਡਰ ਨਹੀਂ ਦਿੱਤਾ ਨਾ ਸਾਨੂੰ ਕਦੀ ਮਿਲਿਆ ਉਹ ਕਹਿੰਦੇ ਸਾਨੂੰ ਸਾਡੀ ਜ਼ਰੂਰਤ ਦਾ ਕੋਲਾ ਜੀਐਮਡੀਸੀ ਦੀਆਂ ਜਿਹੜੀਆਂ ਖੱਡਾਂ ਨੇ ਅਸੀਂ ਉੱਥੋਂ ਖਰੀਦੇ ਆ ਤੇ ਉਹ ਉੱਥੋਂ ਪਿਛਲੇ ਸਾਲਾਂ ਤੋਂ ਖਰੀਦੇ ਜਾਂਦਾ ਕੋਲਾ ਹੁਣ ਸਾਨੂੰ ਮਹਿੰਗਾ ਜ਼ਰੂਰ ਪੈਂਦਾ ਪਰ ਉਹ ਕਹਿੰਦੇ ਕਿ ਸਰਕਾਰ ਦੀ ਇਸ ਏਜੰਸੀ ਤੋਂ ਅਸੀਂ ਨਾ ਕਦੀ ਕੋਲਾ ਖਰੀਦਿਆ ਨਾ ਕਦੇ ਇਸ ਏਜੰਸੀ ਨੇ ਸਾਡੇ ਨਾਲ ਕੋਈ ਸੰਪਰਕ ਜਿਹੜਾ ਉਹ ਕੀਤਾ ਏਜੰਸੀਆਂ ਜਿਹੜੀਆਂ ਨੇ ਉਹ 11 12 ਤੋਂ ਬਾਅਦ ਜਿਹੜੀਆਂ ਨੇ ਉਹਦੇ ਵਿੱਚ ਗੁਜਰਾਤ ਕੋਲ ਕੋਕ ਟ੍ਰੇਡ ਜਿਹੜੀ ਆ ਦੱਖਣੀ ਗੁਜਰਾਤ ਫੈਡਰੇਸ਼ਨ ਇੰਡਸਟਰੀ ਆਫ ਗੁਜਰਾਤ ਕੋਲ ਕੋਕ ਟ੍ਰੇਡਸ ਆ ਨਿਊ ਸੋਰਾਸ਼ਟਰ ਬ੍ਰਿਕਕੇਟਿੰਗ ਇੰਡਸਟਰੀ ਐਸੋਸੀਏਸ਼ਨ ਆ 15 16 ਦੇ ਵਿੱਚ ਨਿਊ ਸੋਰਾਸ਼ਟਰ ਬ੍ਰਿਕਕੇਟਿੰਗ ਇੰਡਸਟਰੀ ਐਸੋਸੀਏਸ਼ਨ ਆ ਉਹਨੇ ਕੋਲਾ ਖਰੀਦਿਆ ਕਾਗਜ਼ਾਂ ਦੇ ਮਤਾਬਕ 16 17 ਦੇ ਵਿੱਚ ਗੁਜਰਾਤ ਕੋਲ ਕੋਕਪਰੇਟਸ ਐਂਡ ਕੰਜ਼ਿਊਮਰ ਐਸੋਸੀਏਸ਼ਨ ਨੇ ਖਰੀਦਿਆ ਨਿਊ ਸੋਰਾਸ਼ਟਰ ਬ੍ਰਿਕਕੇਟਿੰਗ ਇੰਡਸਟਰੀ ਜਿਹੜੀ ਐਸੋਸੀਏਸ਼ਨ ਉਹਨੇ ਖਰੀਦਿਆ 17 18 ਚ ਖਰੀਦਿਆ 18 19 ਚ ਖਰੀਦਿਆ 19 20 ਦੇ ਵਿੱਚ ਜਿਹੜਾ ਖਰੀਦਿਆ 20 21 ਦੀ ਕੋਈ ਡਿਟੇਲ ਇਹਦੇ ਵਿੱਚ ਨਹੀਂ ਦਿੱਤੀ ਗਈ ਇਹ ਜਿਹੜੀਆਂ ਏਜੰਸੀਆਂ ਨੇ ਜਦੋਂ ਉਹਦੀ ਪੜਤਾਲ ਕੀਤੀ ਗਈ ਜਿਹੜੇ ਗੁਜਰਾਤ ਸਰਕਾਰ ਨੇ ਜਿਨ੍ਹਾਂ ਨੂੰ ਨਿਯੁਕਤ ਕੀਤਾ ਤਾਂ ਇਹ ਸਾਰਾ ਕੁਝ ਬੋਗਸ ਸਾਹਮਣੇ ਆਇਆ ਏਜੰਸੀਆਂ ਨੇ ਜਿਹੜਾ ਪਤਾ ਲਿਖਾਇਆ ਉਸ ਨਾਮ ਦੇ ਉੱਤੇ ਉੱਥੇ ਕੋਈ ਕੰਪਨੀ ਹੈ ਨਹੀਂਗੀ ਆਰ ਜਿਹੜੇ ਪ੍ਰਾਈਵੇਟ ਤੌਰ ਦੇ ਤੇ ਜਿਹੜੇ ਉਹ ਕਹਿੰਦੇ ਅਸੀਂ ਤਾਂ ਉਥੋਂ ਕੋਲਾ ਲੈਨੇ ਆ ਹੁਣ ਜਿਹੜਾ ਇੱਥੇ ਇੱਕ ਜਿਹੜੀ ਇੰਡਸਟਰੀ ਦਾ ਨਾਮ ਦਿੱਤਾ ਗਿਆ ਉੱਥੇ ਉਹਦਾ ਕੋਈ ਦਫ਼ਤਰ ਹੀ ਨਹੀਂ ਹੈਗਾ ਉੱਥੇ ਕੋਈ ਹੋਰ ਹੀ ਦਫ਼ਤਰ ਹੈ ਉਹ ਕਹਿੰਦੇ ਕਿਸੇ ਟਾਈਮ ਇੱਥੇ ਇੱਕ ਅਖਬਾਰ ਦਾ ਦਫ਼ਤਰ ਹੁੰਦਾ ਸੀਗਾ ਉਹਨੂੰ ਵਰਤ ਲਿਆ ਗਿਆ ਕਹਿ ਦਿੱਤਾ ਗਿਆ ਕਿ ਕੋਲਾ ਉਹਨੂੰ ਸਪਲਾਈ ਹੋ ਰਿਹਾ ਜਿਹੜੀ ਗੁਜਰਾਤ ਕੋਲ ਕੋਕ ਟ੍ਰੇਡ ਐਸੋਸੀਏਸ਼ਨ ਆ ਉਹ ਉਹਨੇ ਆਪਣਾ ਜਿਹੜਾ ਦਫ਼ਤਰ ਦਾ ਜਿਹੜਾ ਪਤਾ ਦੱਸਿਆ ਉੱਥੇ ਟ੍ਰੇਡ ਐਸੋਸੀਏਸ਼ਨ ਦਾ ਨਾਂ ਕੋਈ ਦਫ਼ਤਰ ਹੈ ਉੱਥੇ ਇੱਕ ਟਰੇਡਿੰਗ ਏਜੰਸੀ ਬਲੈਕ ਡਾਇਮੰਡ ਜ਼ਰੂਰ ਕੰਮ ਕਰ ਰਹੀ ਆ ਔਰ ਕੋਲੇ ਦੇ ਵਪਾਰ ਦੇ ਨਾਲ ਹੀ ਜੁੜੀ ਆ ਏਜੰਸੀ ਦੇ ਮਾਲਕੇ ਕਹਿੰਦੇ ਆ ਕਿ ਅਸੀਂ ਦੱਖਣੀ ਗੁਜਰਾਤ ਦੇ ਵਪਾਰੀਆਂ ਨੂੰ ਕੋਲੇ ਕੋਲਾ ਜਿਹੜਾ ਵੇਚਦੇ ਆ ਪਰ ਇਹ ਜਿਹੜੀ ਸਰਕਾਰੀ ਏਜੰਸੀ ਆ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਤੀਜੀ ਏਜੰਸੀ ਦਾ ਪਤਾ ਜਿਹੜਾ ਸੀਜੀ ਰੋਡ ਦਾ ਦੱਸਿਆ ਗਿਆ ਉੱਥੇ ਇੱਕ ਟਰੈਵਲ ਏਜੰਸੀ ਦਾ ਦਫ਼ਤਰ ਆ ਨਾ ਕਿ ਸੋ ਰਾਸ਼ਟ ਬ੍ਰਿਕ ਵੇਟਿੰਗ ਦਾ ਜਿਹੜਾ ਉਹ ਉੱਤੇ ਹੈ ਹੁਣ ਸਵਾਲ ਇਹ ਆ ਸਭ ਤੋਂ ਵੱਡਾ ਕਿ ਇਹ ਤਾਂ ਹੈ ਨਹੀਂਗਾ ਕਿ ਇਹ ਚੁੱਪ ਕੀਤਾ ਇਹਦੇ ਵਿੱਚ ਕੋਈ ਪੋਲਿਟਿਸ਼ੀਅਨ ਜਿਹੜਾ ਉਹ ਸ਼ਾਮਲ ਨਹੀਂ ਹੋਊਗਾ ਹੂੰ ਇਹਦੇ ਵਿੱਚ ਗੁਜਰਾਤ ਦੇ ਵੱਡੇ ਪੋਲਿਟਿਸ਼ੀਅਨ ਸ਼ਾਮਲ ਦੱਸੇ ਜਾਂਦੇ ਆ ਇਹਦੇ ਵਿੱਚ ਸੈਂਟਰ ਦੇ ਵੀ ਜਿਹੜੇ ਕੁਝ ਵਿਅਕਤੀ ਸ਼ਾਮਲ ਦੱਸੇ ਜਾਂਦੇ ਆ ਪਰ ਹੁਣ ਇਸ ਮਾਮਲੇ ਦੇ ਉੱਤੇ ਕੋਈ ਮੂੰਹ ਖੋਲਣ ਦੇ ਵਾਸਤੇ ਇਸ ਕਰਕੇ ਤਿਆਰ ਨਹੀਂਗਾ ਕਿ ਸਾਰਿਆਂ ਨੂੰ ਕੁਝ ਨਾ ਕੁਝ ਹਿੱਸਾ ਪੱਤੀ ਜਿਹੜਾ ਹੋ ਜਾਂਦਾ ਹੋਊਗਾ ਜੀ ਕਿ ਐਸੇ ਇਹ ਜਿਹੜੀਆਂ ਤੀਧਾ ਜੜੀਆਂ ਨੇ ਆਮ ਕਿਸੇ ਵਿਅਕਤੀ ਨੂੰ ਤਾਂ ਇਹ ਲੱਗਦਾ ਹੈ ਕਿ ਕਿੰਨੇ ਇੱਕ ਪੈਸੇ ਕਿੱਥੋਂ ਖਾ ਲੈਂਦੇ ਹੋਣਗੇ ਇਹ ਲੋਕ ਜਿਹੜੇ ਇਹ ਲੋਕ ਖਾ ਰਹੇ ਨੇ ਆਪਾਂ ਇੱਥੇ ਰੇਤਾਂ ਦੀਆਂ ਖੱਡਾਂ ਦੀ ਅਕਸਰ ਗੱਲ ਪੰਜਾਬ ਦੇ ਵਿੱਚ ਕਰਦੇ ਆ ਉਹਨਾਂ ਨੇ ਨੇ ਚੋਰੀ ਮੋਰੀਆਂ ਕੱਢ ਲੀਆਂ ਹੋਈਆਂ ਨੇ ਨੇ ਤਰੀਕੇ ਜਿਹੜੇ ਉਹ ਕੱਢਲੇ ਹੋਏ ਨੇ ਕੋ ਕਿਤੋਂ ਕੱਢ ਲਿਆ ਕੋ ਤਰੀਕਾ ਕਿਤੋਂ ਕੱਢ ਲਿਆ ਇਹ ਦੇਖੋ ਇੱਕ ਸਰਕਾਰੀ ਤੌਰ ਦੇਤੇ ਏਜੰਸੀ ਖੜੀ ਕਰ ਦਿੱਤੀ ਵੀ ਇਹ ਹੁਣ ਜਿਹੜੇ ਵਪਾਰੀ ਨੇ ਉਹਨਾਂ ਨੂੰ ਬਿਹਤਰ ਕੁਆਲਿਟੀ ਦਾ ਕੋਲਾ ਸਪਲਾਈ ਕਰੂਗੀ ਜਦੋਂ ਕਿ ਇਹ ਕੋਲਾ ਰਾਹ ਦੇ ਵਿੱਚ ਹੀ ਗਾਇਬ ਹੋ ਜਾਂਦਾ ਕਿਉਂਕਿ ਜਿੱਥੇ ਭੇਜਣਾ ਉੱਥੇ ਤਾਂ ਕੋਈ ਹੈ ਹੀ ਨਹੀਂ ਇਹ ਦਿੱਤਾ ਕਿੰਨਾਂ ਨੂੰ ਜਾਂਦਾ ਜਿਹੜੇ ਬੈਟਰ ਉੱਪਰੋਂ ਦੀ ਹੋ ਕੇ ਪੈਸੇ ਇਹਨਾਂ ਨੂੰ ਦੇ ਦਿੰਦੇ ਹੋਣਗੇ ਔਰ ਉਹਦੇ ਵਿੱਚੋਂ ਉਹਨਾਂ ਨੇ ਕਿੰਨਾ ਜਿਹੜਾ ਪੈਸਾ ਇਹਨਾਂ ਰਲ ਮਿਲ ਕੇ ਕਮਾ ਲਿਆ ਅੰਦਾਜ਼ਾ ਉਹਦਾ ਜਿਹੜਾ ਉਹ ਲਾਇਆ ਜਾ ਸਕਦਾ ਔਰ ਪਿਛਲੇ ਸਾਲਾਂ ਦੇ ਦੌਰਾਨ ਇਹ ਜਿਹੜਾ ਘਟਾਲਾ ਹੈ ਜੇ ਉਹ ਵੇਖੀਏ ਤਾਂ 6000 ਕਰੋੜ ਰੁਪਏ ਦਾ ਘੁਟਾਲਾ ਹੈ ਜੀ ਇੰਨਾ ਵੱਡਾ ਘੁਟਾਲਾ ਔਰ ਇੰਨੀ ਦੇਰ ਤੋਂ ਇੰਨੇ ਸਾਲਾਂ ਤੋਂ ਚੱਲਦਾ ਰਿਹਾ ਇਸ ਵੇਲੇ ਚਰਚਾ ਤਾਂ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ ਪਰ ਸਵਾਲ ਫੇਰ ਇਹ ਆ ਜਿਨ੍ਹਾਂ 6000 ਕਰੋੜ ਰੁਪਏ ਦਾ ਘੁਟਾਲਾ ਕੀਤਾ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਕੁਝ ਪੈਸਾ ਜਿਹੜਾ ਉਹ ਖਵਾ ਦਿੱਤਾ ਜਾਊਗਾ ਤੇ ਫਿਰ ਗੱਲ ਆਈ ਗਈ ਹੋ ਜੂਗੀ ਜੀ ਜੀ ਪੰਨੂ ਜੀ ਹੁਣ ਤੱਕ ਇੱਕ ਕੋਇਲਾ ਸਕੈਮ ਦੇ ਵਿੱਚ ਭਾਜਪਾ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਬਹੁਤ ਜ਼ਿਆਦਾ ਜਿਆਦਾ ਬਦਨਾਮ ਕੀਤਾ ਜਾ ਰਿਹਾ ਸੀ ਉਹਨਾਂ ਦਾ ਨਾਮ ਕਾਫੀ ਉੱਚਾ ਲਿਆ ਜਾ ਰਿਹਾ ਸੀ ਮੈਨੂੰ ਲੱਗਦਾ ਹੁਣ ਕਾਂਗਰਸ ਨੂੰ ਵੀ ਇੱਕ ਮੌਕਾ ਮਿਲ ਗਿਆ ਹੈ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਦਾ ਕਹਿਣਾ ਹੈ ਕਿ ਇਹ ਚਾਰਾ ਘਟਾਲੇ ਤੋਂ ਵੀ ਵੱਡਾ ਘਟਾਲਾ ਹੈ ਤੇ ਉਹਨਾਂ ਨੇ ਇਸ ਦੀ ਉੱਚ ਪਦਰੀ ਜਾਂਚ ਦੀ ਮੰਗ ਵੀ ਕੀਤੀ ਹੈ ਇਸੇ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਪੰਨੂ ਜੀ ਜੇ ਅਸੀਂ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਹਮੇਸ਼ਾ ਤੋਂ ਹੀ ਜਿਸੀ ਦੇਖ ਰਹੇ ਆ ਤਾਂ ਭਾਜਪਾ ਹੀ ਦਾਵਾ ਕਰਦੀ ਰਹਿੰਦੀ ਹੈ ਕਿ ਜਿੱਥੇ ਵੀ ਡਬਲ ਇੰਜਨ ਸਰਕਾਰ ਹੈ ਉੱਥੇ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਹੈ ਬੜੀ ਵਧੀਆ ਸਰਕਾਰ ਚੱਲ ਰਹੀ ਹੈ ਤੇ ਹੁਣ ਤਾਂ ਪਿੱਛੇ ਜੇ ਮੇਅਰ ਵੀ ਭਾਜਪਾ ਦਾ ਹੀ ਬਣਾ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਪਰ ਫੇਰ ਵੀ ਇਹ ਡਬਲ ਇੰਜਨ ਫੇਲ ਹੋਇਆ ਲੱਗਦਾ ਹੈ ਤੇ ਚੰਡੀਗੜ੍ਹ ਹਨੇਰੇ 'ਚ ਡੁੱਬ ਗਿਆ ਕੀ ਕਹਿਣਾ ਚਾਹੋਗੇ ਐਕਚੁਅਲੀ ਕੀ ਹੈ ਕਿ ਜਦੋਂ ਪੁੰਨਾ ਹੋਵੇ ਤੇ ਲੈ ਦੇ ਕੇ ਇਹਨਾਂ ਦੀ ਜਿਹੜੀ ਸਾਰੀ ਜਿਹੜੀ ਉਹ ਗੱਲਬਾਤ ਹੈ ਉਹ ਆ ਕੇ ਜਵਾਲਲਾਲ ਨਹਿਰੂ ਹਰਾਂ ਦੇ ਉੱਤੇ ਖਤਮ ਹੋ ਜਾਂਦੀ ਹੈ ਬਿਲਕੁਲ ਜਿਉਂ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਜਿਹੜੇ ਚਾਹੇ ਉਹ ਕਾਲਜਸ ਦੇ ਰੂਪ ਦੇ ਵਿੱਚ ਆ ਚਾਹੀ ਯੂਨੀਵਰਸਿਟੀਆਂ ਨੇ ਚਾਹੇ ਸੇਪ ਦੇ ਨਾਲ ਜੁੜੇ ਵੱਡੇ ਅਦਾਰੇ ਨੇ ਏਮਜ਼ ਵਰਗੇ ਇਹ ਮੁਲਕ ਆਜ਼ਾਦ ਹੋਣ ਤੋਂ ਬਾਅਦ ਹੀ ਹੋਣ ਦੇ ਵਿੱਚ ਆਏ ਨੇ ਚਾਹੇ ਤੁਸੀਂ ਉਹ ਜੀਐਨਯੂ ਲੈ ਲਓ ਜਾਂ ਇਸ ਤਰ੍ਹਾਂ ਦੀਆਂ ਹੋਰ ਯੂਨੀਵਰਸਿਟੀਆਂ ਲੈ ਲਓ 에어ਪੋਰਟ ਲੈ ਲਓ ਪੋਰਟ ਲੈ ਲਓ ਸੜਕਾ ਲੈ ਲਓ ਹੌਲੀ ਹੌਲੀ ਪਹਿਲਾਂ ਜਦੋਂ ਇਹ ਸਰਕਾਰ ਹੋਂ ਦੇ ਵਿੱਚ ਆਈ ਹੈ ਤੇ ਬੀਐਸਐਨਐਲ ਦਾ ਬੇੜਾਗਰਕ ਕੀਤਾ ਗਿਆ ਜੀ ਕਿਵੇਂ ਬੇੜਾਗਰਕ ਕੀਤਾ ਗਿਆ ਸਭ ਨੂੰ ਪਤਾ ਅੱਜ ਵੀ ਮੇਰੀ ਜਾਚੇ ਜੋ ਇਨਫਰਾਸਟ੍ਰਕਚਰ ਬੀਐਸਐਨਐਲ ਦੇ ਕੋਲੇ ਆ ਕਿਸੇ ਹੋਰ ਕੰਪਨੀ ਦੇ ਕੋਲੇ ਨਹੀਂਗਾ ਪਰ ਬੀਐਸਐਨਐਲ ਲਗਭਗ ਡੁੱਬ ਗਈ ਦਾ ਉਹਦੇ ਪੱਲੇ ਬਹੁਤਾ ਕੁਝ ਤਾਂ ਹੈ ਨਹੀਂਗਾ ਢਾਂਚਾ ਉਹਦਾ ਵਰਤ ਜਿਹੜੀਆਂ ਉਹ ਪ੍ਰਾਈਵੇਟ ਦੂਸਰੀਆਂ ਕੰਪਨੀਆਂ ਰਹੀਆਂ ਨੇ ਉਹਨੂੰ ਪ੍ਰਾਈਵੇਟ ਕੰਪਨੀਆਂ ਕਿੱਥੇ ਲੰਘੀਆਂ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਕੰਮ ਕਰਨ ਵਾਲੇ ਨੇ ਅ ਚਾਹੇ ਉਹ ਅਧਿਕਾਰੀ ਨੇ ਚਾਹੇ ਉਹ ਥੱਲੇ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਨੇ ਉਹਨਾਂ ਦਾ ਵੀ ਕਸੂਰ ਹੈਗਾ ਕਿਉਂਕਿ ਆਪਾਂ ਜਾਣਦੇ ਆ ਜਦੋਂ ਲੈਂਡਲਾਈਨ ਹੁੰਦੀਆਂ ਸੀਗੀਆਂ ਜੇ ਹਫਤਾ ਤੱਕ ਜੇ ਹਫਤਾ ਤੱਕ 1.5 ਹਫਤਾ ਉਹ ਠੀਕ-ਠਾਕ ਚੱਲਦੀ ਤੇ ਇੱਕ ਫੋਨ ਆਉਂਦਾ ਸੀਗਾ ਵੀ ਤੁਹਾਡੀ ਲਾਈਨ ਠੀਕ ਚੱਲ ਰਹੀ ਹੈ ਤੇ 10 ਮਿੰਟ ਬਾਅਦ ਮੁੜ ਕੇ ਉਹ ਕੰਮ ਕਰਨਾ ਬੰਦ ਕਰ ਦਿੰਦੀ ਜਦੋਂ ਤੁਸੀਂ ਜਿੰਨੀ ਦੇਰ ਤੱਕ ਕੁਝ ਪੈਸੇ ਵਗੈਰਾ ਉਹਨਾਂ ਨੂੰ ਕੋ ਲੋੜੀ ਦੀਵਾਲੀ ਨਹੀਂ ਦਿੰਦੇ ਤੇ ਉਨੀ ਦੇਰ ਤੱਕ ਤੁਹਾਡੀ ਲਾਈਨ ਖਰਾਬ ਹੀ ਰੱਖਦੇ ਸੀਗੇ ਅੱਜ ਬੀਐਸਐਨਐਲ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਜ਼ਰੂਰ ਪਛਤਾ ਰਹੇ ਹੋਣਗੇ ਕਿ ਕਿੰਨੀਆਂ-ਕਿੰਨੀਆਂ ਤਨਖਾਹਾਂ ਉਹ ਲੈਂਦੇ ਸੀਗੇ ਪਰ ਉਹ ਬੀਐਸਐਨਐਲ ਲਗਭਗ ਡੁੱਬ ਗਈ ਦਾ ਡੁੱਬਣ ਕੰਢੇ ਪਈ ਹੈ ਜੀ ਬਿਲਕੁਲ ਡਬਲ ਇੰਜਨ ਵਾਲਾ ਤੁਸੀਂ ਠੀਕ ਹੈ ਡਬਲ ਇੰਜਨ ਨੇ ਇੱਥੇ ਲੱਗਿਆ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਕਿਉਂਕਿ ਨਿਗਮ ਦੀਆਂ ਚੋਣਾਂ ਹੋਈਆਂ ਪੰਜ ਤਾਂ ਆਮ ਆਦਮੀ ਪਾਰਟੀ ਦੀਆਂ ਵੱਧ ਸੀਟਾਂ ਸੀ ਪਰ ਬਣਾ ਗਈ ਇੱਥੇ ਨਿਗਮ ਦੀ ਸਰਕਾਰ ਭਾਤੀ ਜਨਤਾ ਪਾਰਟੀ ਜੋੜ-ਤੋੜ ਕਰਕੇ ਜੀ ਜਿਹੜਾ ਬਾਕੀਆਂ ਜੇ ਦੇਖੀਏ ਤਾਂ ਆਪਾਂ ਚਾਹੇ 에어ਪੋਰਟ ਨੇ ਉਹ ਦੇਤੇ ਲਗਭਗ ਸਾਰੇ ਜੀ ਪੋਰਟ ਨੇ ਤੁਸੀਂ ਉਹਦਾ ਜ਼ਿਕਰ ਕੀਤਾ ਸੀ ਗੁਜਰਾਤ ਵਾਲੇ ਦਾ ਉਹ ਦੇਤੇ ਰੇਲਵੇ ਸਟੇਸ਼ਨ ਵਿੱਚ ਤੇ ਲਾਈਨਾਂ ਵੇਚਤੀਆਂ ਜਿਹੜੀਆਂ ਟ੍ਰੇਨ ਲਾਈਨਸ ਨੇ ਉਹ ਵੀ ਵੇਚ ਦਿੱਤੀਆਂ ਪ੍ਰਾਈਵੇਟ ਹੱਥਾਂ ਦੇ ਵਿੱਚ ਔਰ ਬਹੁਤ ਜਲਦੀ ਤੁਹਾਨੂੰ ਪ੍ਰਾਈਵੇਟ ਟ੍ਰੇਨਾਂ ਹੀ ਚਲਦੀਆਂ ਨਜ਼ਰ ਆਉਣੀਆਂ ਨੇ ਜੀ ਇੱਥੇ ਜਿਹੜਾ ਬਿਜਲੀ ਵਿਭਾਗ ਹੈ ਚੰਡੀਗੜ੍ਹ ਦਾ ਉਹ ਘਾਟੇ ਦੇ ਵਿੱਚ ਨਹੀਂ ਸੀਗਾ ਹਮ ਬਲਕਿ ਉਹ ਵਾਧੇ ਦੇ ਵਿੱਚ ਸੀਗਾ ਭਾਵ ਕਿ ਪ੍ਰੋਫਿਟ ਵਾਲਾ ਸੀਗਾ ਇਹ ਹੋਇਆ ਇਹ ਕਿ ਜਿਹੜਾ ਇਹ ਡਬਲ ਇੰਜਨ ਦੀ ਸਰਕਾਰ ਨੇ ਚੁੱਕ ਕੇ ਉਹਨੂੰ ਵੀ ਜਿਹੜਾ ਉਹ ਪ੍ਰਾਈਵੇਟ ਕਰ ਦਿੱਤਾ ਔਰ ਪ੍ਰਾਈਵੇਟ ਕਰਦਿਆ ਇਹ ਦੇਖਿਆ ਨਾ ਕਿ ਲੋਕਾਂ ਦੇ ਉੱਤੇ ਇਹਦਾ ਅਸਰ ਕੀ ਪਊਗਾ ਹੂੰ ਅ ਜਿਹੜੀ ਕੰਪਨੀ ਨੂੰ ਇਹ ਦਿੱਤਾ ਗਿਆ ਸਾਰਾ ਮਹਿਕਮਾ ਹੀ ਪੂਰਾ ਇਹਦਾ ਪੂਰਾ ਦੇ ਦਿੱਤਾ ਗਿਆ ਉਹ ਸਿਰਫ 2 ਸਾਲ ਪੁਰਾਣੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 2 ਸਾਲਾਂ ਦੇ ਵਿੱਚ ਉਹਦੇ ਕੋਲੇ ਕੀ ਐਕਸਪੀਰੀਅੰਸ ਹੋ ਸਕਦਾ ਬਿਲਕੁਲ 25000 ਕਰੋੜ ਰੁਪਏ ਦੀ ਪ੍ਰਾਪਰਟੀ ਆ ਇਸ ਬਿਜਲੀ ਵਿਭਾਗ ਦੀ 25000 ਕਰੋੜ ਦੀ ਔਰ ਉਹ ਸਿਰਫ 871 ਕਰੋੜ ਰੁਪਏ ਦੇ ਵਿੱਚ ਉਸ ਕੰਪਨੀ ਨੂੰ ਸੌਪ ਦਿੱਤੀ ਗਈ ਜਿਹੜੇ ਇੱਥੇ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਨ ਵਾਲੇ ਨੇ ਉਹ ਇਹਦੇ ਪ੍ਰਾਈਵੇਟਾਈਜ਼ ਕਰਨ ਦੇ ਉੱਤੇ ਔਖੇ ਹੋ ਗਏ ਔਰ ਉਹਨਾਂ ਨੇ ਧਮਕੀਆਂ ਪਹਿਲਾਂ ਤਾਂ ਦਿੱਤੀਆਂ ਕਿ ਅਸੀਂ ਹੜਤਾਲ ਕਰਾਂਗੇ ਪਰ ਡਬਲ ਇੰਜਣ ਵਾਲਿਆਂ ਨੇ ਸੋਚਿਆ ਵੀ ਹੜਤਾਲ ਤਾਂ ਉਦੋਂ ਨਾ ਹੋਈ ਜਦੋਂ ਸਾਰੇ 에어ਪੋਰਟ ਵਿੱਚ ਦਿੱਤੇ ਹੜਤਾਲ ਤਾਂ ਉਦੋਂ ਨੂੰ ਹੋਈ ਜਦੋਂ ਪੋਰਟ ਵਿੱਚ ਦਿੱਤੇ ਹੜਤਾਲ ਤਾਂ ਕਦੀ ਉਦੋਂ ਨਾ ਹੋਈ ਜਦੋਂ ਰੇਲਵੇ ਸਟੇਸ਼ਨ ਵਿੱਚ ਦਿੱਤੇ ਹੜਤਾਲ ਉਦੋਂ ਨਾ ਹੋਈ ਜਦੋਂ ਰੇਲ ਜਿਹੜੀਆਂ ਪਟੜੀਆਂ ਸੀ ਉਹ ਵੇਚ ਦਿੱਤੀਆਂ ਸਾਰੇ ਹਾਈਵੇ ਵਿੱਚ ਦਿੱਤੇ ਪ੍ਰਾਈਵੇਟ ਕੰਪਨੀਆਂ ਨੂੰ ਉਹਨਾਂ ਨੂੰ ਇਹ ਸੀਗਾ ਐਵੇਂ ਧਮਕੀਆਂ ਦਿੰਦੇ ਨੇ ਕਿਨੇ ਹੜਤਾਲ ਦੇ ਉੱਤੇ ਜਾਣਾ ਐਤਵਾਰ ਤੇ ਸੋਮਵਾਰ ਦੀ ਰਾਤ ਦੇ ਵਿਚਾਲੇ 12 ਵਜੇ ਇਹ ਕਾਮੇ ਹੜਤਾਲ ਦੇ ਉੱਤੇ ਚਲੇਗੇ ਸੋਮਵਾਰ ਦਾ ਦਿਨ ਜਿਹੜਾ ਸੀਗਾ ਉਹ ਕਿਸੇ ਤਰੀਕੇ ਦੇ ਨਾਲ ਲੰਘ ਗਿਆ ਜਦੋਂ ਸੋਮਵਾਰ ਦੀ ਰਾਤ ਪਈ ਕਿਉਂਕਿ ਪ੍ਰਸ਼ਾਸਨ ਨੇ ਇਹ ਕਿਹਾ ਕਿ ਅਸੀਂ ਬਦਲਵੇਂ ਪ੍ਰਬੰਧ ਕਰ ਲਏ ਹੁਣ ਸਾਨੂੰ ਕਿਸੇ ਕਿਸਮ ਦੀ ਜ਼ਰੂਰਤ ਨਹੀਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਘਬਰਾਹਤ ਤਾਂ ਹੋਣੀ ਸੀਗੀ ਫਾਲਟ ਪੈਣੇ ਸ਼ੁਰੂ ਹੋ ਗਏ ਜਦੋਂ ਫਾਲਟ ਪਏ ਹੁਣ ਪੰਗਾ ਵੀ ਤਾਂ ਬਿਜਲੀ ਵਾਲਾ ਹੈ ਨਾ ਫਾਲਟ ਪਾਏ ਵੀ ਤਾਂ ਜਾ ਸਕਦੇ ਨੇ ਫਾਲਟ ਪਏ ਤੇ ਹੌਲੀ-ਹੌਲੀ ਕਰਦੇ ਆ ਚੰਡੀਗੜ੍ਹ ਦੇ 1 2 3 ਅੱਗੇ ਤੋਂ ਅੱਗੇ ਜਿਹੜੇ ਏਰੀਆ ਸੀ ਉਹ ਬੰਦ ਹੋਣੇ ਸ਼ੁਰੂ ਹੋ ਗਏ ਇਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਸਰ ਪਿਆ ਉਹ ਹਸਪੀਟਲਾਂ ਦਾ ਪਿਆ ਪੀਜੀਆਈ ਵਾਲਾ ਏਰੀਆ ਤੇ ਬਾਕੀ 30 ਸੈਕਟਰ ਵਾਲਾ ਜਿਹੜਾ ਏਰੀਆ ਉਹਦੇ ਵਿੱਚ ਬਹੁਤ ਵੱਡਾ ਅਸਰ ਪਿਆ ਜਦੋਂ ਲਾਈਟ ਚਲੇਗੀ ਤੇ ਸਰਜਰੀ ਰੁਕ ਗਈਆਂ ਕੋਪਰੇਸ਼ਨ ਥੀਏਟਰ ਜਿਹੜੇ ਸੀ ਉਹ ਕੰਮ ਕਰਨੋਂ हट ਗਏ ਜਦੋਂ ਲੋਕਾਂ ਨੇ ਇੱਕ ਦਿਨ ਤਾਂ ਸਾਰ ਲਿਆ ਤੇ ਕੈਂਡਲ ਲਾਈਟ ਡਿਨਰ ਕਰ ਲਓ ਅੱਜ ਇੱਕ ਦਿਨ ਸਾਰ ਲਿਆ ਅਗਲੇ ਦਿਨ ਫਾਲਟ ਹੋਰ ਪੈਣੇ ਸ਼ੁਰੂ ਹੋ ਗਏ ਉਹ ਆ ਇਹ ਜਦੋਂ ਬਿਜਲੀ ਹੈ ਨਹੀਂ ਜਨਰੇਟਰ ਤਾਂ ਕਿਸੇ ਨੇ ਰੱਖਿਆ ਨਹੀਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਿਜਲੀ ਦੀ ਕਿੱਲਤ ਕੋਈ ਨਹੀਂ ਗਈ 24 ਘੰਟੇ ਬਿਜਲੀ ਸਪਲਾਈ ਆ ਤਾਂ ਉਹ ਉਹਦੇ ਨਾਲ ਪਾਣੀ ਜਿਹੜਾ ਸੀਗਾ ਉਹ ਜਾਣਾ ਸ਼ੁਰੂ ਹੋ ਗਿਆ ਜਿੱਥੇ ਤਾਂ ਸਰਕਾਰੀ ਆਉਂਦਾ ਪਾਣੀ ਉਹ ਵੀ ਟੈਂਕੀਆਂ ਬੰਦ ਹੋ ਗਈਆਂ ਜਿਨ੍ਹਾਂ ਦੇ ਆਪਣੇ ਪੰਪ ਲਾਏ ਆ ਉਹ ਵੀ ਉਹ ਬਿਜਲੀ ਨਾਲ ਚੱਲਣੇ ਆ ਪਾਣੀ ਹੌਲੀ ਹੌਲੀ ਕਰਕੇ ਮੁੱਕਣਾ ਸ਼ੁਰੂ ਹੋ ਗਿਆ ਬਿਜਲੀ ਤੋਂ ਬਾਅਦ ਜਿਹੜੀ ਪਾਣੀ ਦੀ ਮੁਸ਼ਕਲ ਸੀ ਉਹ ਆਉਣੀ ਸ਼ੁਰੂ ਹੋ ਗਈ ਲੋਕਾਂ ਨੇ ਮੋਮਬੱਤੀਆਂ ਲਿਆਂਦੀਆਂ ਟਾਰਚ ਲਿਆਂਦੀਆਂ ਪਰ ਉਹ ਕਿੰਨੀ ਕੁ ਦੇਰ ਕੰਮ ਕਰ ਸਕਦੀਆਂ ਨੇ ਬਿਲਕੁਲ ਨਾ ਟਾਰਚ ਕੰਮ ਕੀਤੀਆਂ ਨਾ ਮੋਮਬਤੀਆਂ ਕੰਮ ਕੀਤੀਆਂ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਸੀਗਾ ਉਹਨੇ ਸ਼ਕਤੀ ਵਿਖਾਉਣ ਦੀ ਕੋਸ਼ਿਸ਼ ਕੀਤੀ ਸ਼ਕਤੀ ਉਹਨਾਂ ਨੇ ਕੀਤੀ ਪਰ 17 ਸੈਕਟਰ ਦੇ ਸਾਹਮਣੇ ਪਾਵਰ men ਯੂਨੀਅਨ ਦੇ ਪ੍ਰਦਰਸ਼ਨ ਜਿਹੜਾ ਸੀਗਾ ਉਹ ਟਸ ਤੋਂ ਮਸ ਨਾ ਹੋ ਸਕਿਆ ਉਹ ਕਹਿੰਦੇ ਜਾਂ ਤਾਂ ਵਾਪਸ ਲੋ ਜਾਂ ਫਿਰ ਅਸੀਂ ਵਾਪਸ ਨਹੀਂ ਜਾਂਦੇ ਇਹ ਕਦੋਂ ਤੱਕ ਹੜਤਾਲ ਚੱਲਣੀ ਸੀ ਹੁਣ ਪਤਾ ਲੱਗ ਰਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਇਸ ਯੂਨੀਅਨ ਦੇ ਵਿਚਾਲੇ ਉਹ ਸਮਝੌਤਾ ਸਿਰੇ ਚੜ ਗਿਆ ਪਰ ਇਹਦੇ ਤੁਸੀਂ ਇਹ ਕਹ ਲਓ ਕਿ ਸਿਆਸੀਕਰਨ ਵੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਨੇ ਕਿਰਨ ਖੇਤ ਹੁਣ ਜਦੋਂ ਤੋਂ ਇਹ ਹੜਤਾਲ ਚੱਲ ਰਹੀ ਆ ਜਾਂ ਜਦੋਂ ਤੋਂ ਚੱਲ ਰਹੀ ਆ ਇਹ ਇੰਜਣ ਲੱਭਿਆ ਨਹੀਂ ਕਿਤੇ ਬਿਲਕੁਲ ਤੋਂ ਉਹ ਇਹ ਕਹਿੰਦੇ ਆ ਕਿ ਮੈਂ ਚੰਡੀਗੜ੍ਹ ਵਾਲਿਆਂ ਦੇ ਦੁੱਖ ਸੁੱਖ ਚ ਹਮੇਸ਼ਾ ਆ ਪਰ ਉਹਨਾਂ ਨੂੰ ਜਿਹੜੇ ਟੀਵੀ ਚੈਨਲਾਂ ਦੇ ਉੱਤੇ ਜੱਜ ਬਣਦੇ ਨੇ ਉਹ ਉਥੋਂ ਵੇਲ ਨਹੀਂਗਾ ਜਿਨ੍ਹਾਂ ਦੀ ਰਿਹائش ਨਹੀਂ ਹੈਗੀ ਚੰਡੀਗੜ੍ਹ ਦੇ ਵਿੱਚ ਉਥੇ ਉਹਨਾਂ ਦਾ ਚੰਡੀਗੜੀਆਂ ਦੇ ਨਾਲ ਕੀ ਲੈਣਾ ਦੇਣਾ ਹੋ ਸਕਦਾ ਪਰ ਜਿਹੜੇ ਜ਼ਿਆਦਾ ਪੜੇ ਲਿਖੇ ਨੇ ਜਾਂ ਜਿਹੜੇ ਜ਼ਿਆਦਾ ਚੁਸਤ ਨੇ ਉਹ ਕਰਦੇ ਇਹ ਕੁਛ ਨਹੀਂ ਚੰਡੀਗੜ੍ਹੀਏ ਵੀ ਜ਼ਿਆਦਾ ਪੜੇ ਲਿਖੇ ਨੇ ਜਦੋਂ ਪਤਾ ਕਿ ਇੱਕ ਬੰਦਾ ਜਿਹੜਾ ਮੁੰਬਈ ਤੋਂ ਆ ਰਿਹਾ ਉਹਨੇ ਇੱਥੇ ਆ ਕੇ ਤੁਹਾਡੇ ਵਿੱਚ ਰਹਿਣਾ ਨਹੀਂ ਤੁਸੀਂ ਵਾਰ-ਵਾਰ ਉਹਨੂੰ ਚੁਣੀ ਜਾਂਦੇ ਹੋ ਜਦੋਂ ਉਹ ਗੁਰਦਾਸਪੁਰ ਦੇ ਵਿੱਚ ਸਣੀ ਦਿਓ ਦੇ ਆ ਕੇ ਸੁਨੀਲ ਜਾਖੜ ਹੋਰਾਂ ਨੂੰ ਚੈਲੰਜ ਕੀਤਾ ਸੀਗਾ ਸਨੀ ਦੇ올 ਜਿੱਤਿਆ ਮੁੜ ਕੇ ਨਹੀਂ ਲੱਭਿਆ ਹੂੰ ਉਸੇ ਤਰੀਕੇ ਦੇ ਨਾਲ ਕਿਰਨ ਖੇਰਹੂਰੀ ਜਿੱਤੇ ਪਿਛਲੀ ਵਿੱਚੋਂ ਵੀ ਉਹ ਜਿੱਤ ਗਏ ਪਹਿਲਾਂ 14 ਜਿੱਤੇ ਫਿਰ 19 ਵਾਲੀ ਵੀ ਉਹ ਜਿੱਤ ਗਏ ਦੁਬਾਰਾ ਹੂੰ ਹੁਣ ਜਦੋਂ ਮੁਸ਼ਕਲ ਪਈ ਚੰਡੀਗੜੀਆਂ ਨੂੰ ਤੇ ਉਹਨਾਂ ਨੂੰ ਚੇਤਾ ਆਇਆ ਕਿ ਸਾਡਾ ਵੀ ਡਬਲ ਇੰਜਣ ਵਾਲਾ ਤੇ ਜਿਹੜੇ ਉਹ ਲੱਭਦੇ ਨਹੀਂ ਕਿਉਂਕਿ ਕਿਰਨ ਖੇਰ ਨੂੰ ਘੱਟੋ ਘੱਟ ਆ ਕੇ ਚੰਡੀਗੜੀਆਂ ਦੇ ਵਾਸਤੇ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਉਹਨਾਂ ਨੂੰ ਮੀਡਲ ਮੈਨ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਣੀ ਚਾਹੀਦੀ ਸੀ ਕਿ ਕਿਸੇ ਪਾਸੇ ਗੱਲ ਤੁਰਦੀ ਹੜਤਾਲ ਤੱਕ ਨਾ ਆਉਦੀ ਉਹ ਲੱਭੇ ਨਹੀਂ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ ਜਿਹੜਾ ਜੀ ਜ਼ਿਆਦਾ ਮੈਂਬਰ ਨੇ ਕਾਂਗਰਸ ਹੋ ਗਈ ਉਹਨਾਂ ਨੇ ਜਿਹੜਾ ਜੀ ਜਾ ਕੇ ਇਹਨਾਂ ਨੂੰ ਹਮਾਇਤ ਦੇ ਦਿੱਤੀ ਜਿਹੜੀ ਯੂਨੀਅਨ ਸਟ੍ਰਾਈਕ ਤੇ ਬੈਠੀ ਜੀ ਉਹਦੇ ਨਾਲ ਇਹ ਫਸਦਾ ਪੋਲਿਟਿਕਲ ਵੀ ਬਣ ਗਿਆ ਉਸੀ ਪੋਲੀਟਿਕਲ ਚੀਜ਼ ਨੂੰ ਸਾਈਡ ਦੇ ਉੱਤੇ ਛੱਡ ਦਿਓ। ਉਹਨੇ ਜੇ ਸਰਕਾਰਾਂ ਨੇ ਹਰ ਚੀਜ਼ ਪ੍ਰਾਈਵੇਟਾਈਜ਼ ਕਰ ਦੇਣੀ ਆ। ਹਰ ਚੀਜ਼ ਨਿੱਜੀ ਹੱਥਾਂ ਦੇ ਵਿੱਚ ਦੇ ਦੇਣੀ ਆ। ਸਰਪਾਂ ਦੀ ਪ੍ਰਾਪਰਟੀ ਤੁਸੀਂ ਕਰੋੜਾਂ ਦੇ ਵਿੱਚ ਦੇਤੀ। 25000 ਕਰੋੜ ਤੇ 871 ਕਰੋੜ ਦੇ ਵਿੱਚ ਬਹੁਤ ਵੱਡਾ ਫਰਕ ਹੈ। ਬਹੁਤ ਵੱਡਾ ਫਰਕ। ਜੇਰੋਂ ਤੁਸੀਂ ਇੰਨੀ ਸਸਤੀ ਜਿਹੜੀ ਪ੍ਰਾਪਰਟੀ ਉਹ ਦੇ ਦੇਤੀ ਤੇ ਫਿਰ ਕਿਸੇ ਨਾ ਕਿਸੇ ਨੇ ਤਾਂ ਬੋਲਣਾ ਸੀ ਨਾ। ਇਹ ਠੀਕ ਹੈ ਕਿ 에ਰਪੋਰਟਾਂ ਦੇ ਟਾਈਮ ਤੁਹਾਡੇ ਲਈ ਕੋਈ ਨਹੀਂ ਬੋਲਿਆ। ਉਹ ਤੁਸੀਂ ਦੇ ਦਿੱਤੇ ਉਦੋਂ ਕੋਈ ਨਹੀਂ ਬੋਲਿਆ ਰੇਲਵੇ ਸਟੇਸ਼ਨਾਂ ਬਾਰੇ ਨਹੀਂ ਬੋਲਿਆ ਜਿਵੇਂ ਜਿਹੜੇ ਕਾਨੂੰਨ ਸੀ ਇੱਕ ਤੋਂ ਬਾਅਦ ਇੱਕ ਕੇਂਦਰ ਦੀ ਸਰਕਾਰ ਬਦਲੀ ਗਈ ਬਦਲੀ ਗਈ ਉਹਦੇ ਵਿੱਚ ਹੀ ਉਹ ਕਿਸਾਨੀ ਕਾਨੂੰਨ ਵੀ ਲਾਈ ਉਹਨੂੰ ਇਹ ਸੀ ਵੀ ਨਾ ਕੋਈ ਬੋਲਦਾ ਨਾ ਕੋਈ ਬੋਲੂਗਾ ਸਾਨ ਬੋਲੇ ਉਹ ਐਜੀਟੇਸ਼ਨ ਬਹੁਤ ਵੱਡੀ ਹੋ ਗਈ ਹੁਣ ਜਿਹੜੀ ਇਹ ਚੰਡੀਗੜ੍ਹ ਦੇ ਵਿੱਚ ਐਜੀਟੇਸ਼ਨ ਹੋਈ ਆ ਬਿਜਲੀ ਮੁਲਾਜ਼ਮਾਂ ਦੀ ਇਹ ਵੀ ਨਵੇਕਲੀ ਆ ਉਹ ਕਹਿੰਦੇ ਤੁਸੀਂ ਪ੍ਰਾਈਵੇਟਾਈਜ਼ ਕਿਉਂ ਕਰਨਾ ਚਾਹੁੰਦੇ ਹੋ ਜਦੋਂ ਉਹ ਬਿਹਤਰ ਤਰੀਕੇ ਨਾਲ ਚੱਲ ਰਿਹਾ ਹੈ ਘਾਟੇ ਦੇ ਵਿੱਚ ਨਹੀਂ ਜਾ ਰਿਹਾ ਹਾਂ ਇਹ ਕੰਪਲੀਟ ਹੋ ਸਕਦੀਆਂ ਨੇ ਕੁਝ ਲੋਕ ਕਹਿੰਦੇ ਆ ਕਿ ਤਨਖਾਹਾਂ ਜ਼ਿਆਦੀਆਂ ਇਹਨਾਂ ਨੂੰ ਮਿਲਦੀਆਂ ਨੇ ਇਹ ਕੰਮ ਨਹੀਂ ਕਰਦੇ ਪਰ ਸਾਰੇ ਤਾਂ ਇੱਕੋ ਜਿਹੇ ਨਹੀਂ ਨਾ ਹੈਗੇ ਉਹ ਕਿਸ ਤਰੀਕੇ ਦੇ ਨਾਲ ਚਲਾਉਂਦੇ ਆ ਉਹ ਕੁਝ ਘੰਟਿਆਂ ਦੇ ਵਿੱਚ ਪਤਾ ਵੀ ਲੱਗ ਗਿਆ ਕਿ ਉਹ ਬਿਹਤਰ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਰਹੇ ਆ ਸੋ ਇਹ ਜਿਹੜੀ ਸਟ੍ਰਾਈਕ ਆ ਕਿਤੇ ਨਾ ਕਿਤੇ ਕੋਈ ਤਾਂ ਆੜਿਆ ਇਸ ਚੀਜ਼ ਦੇ ਵਾਸਤੇ ਤੇ ਪ੍ਰਾਈਵੇਟਾਈਜ਼ ਨਾ ਕਰੋ ਜੇ ਸਰਕਾਰਾਂ ਨੇ ਸਭ ਕੁਝ ਹੀ ਠੇਕੇ ਤੇ ਦੇ ਦੇਣਾ ਪ੍ਰਾਈਵੇਟ ਤੇ ਦੇ ਦੇਣਾ ਤੇ ਫਿਰ ਸੂਬੇ ਨਿਗਮ ਤੇ ਮੁਲਕ ਵੀ ਠੇਕੇ ਤੇ ਹੀ ਦੇ ਦੇਣ ਜੀ ਕਾਦੇ ਵਾਸਤੇ ਇੰਨਾ ਪੈਸਾ ਜਿਹੜਾ ਉਹ ਚੋਣਾਂ ਦੇ ਉੱਤੇ ਖਰਚਿਆ ਜਾਂਦਾ ਜੀ ਜੀ ਪੰਨੂ ਜੀ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ ਆਕਤਿਆ ਪੰਨੂ ਜੀ ਜੀ ਗੱਲ ਕਰ ਲਈਏ ਅਸੀਂ ਅਦਾਕਾਰਾ ਕੰਗਣਾ ਰਣਾਉਦੀ ਸੁਸ਼ਾਨ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਉਹ ਕਾਫੀ ਜ਼ਿਆਦਾ ਚਰਚਾ ਵਿੱਚ ਆਈ ਸੀ ਹਜੇ ਕਿ ਉਸ ਤੋਂ ਪਹਿਲਾਂ ਉਹ ਬਿਹਤਰੀਨ ਅਦਾਕਾਰਾ ਗਿਣੀ ਜਾਂਦੀ ਸੀ ਪਰ ਉਸ ਨੇ ਸ਼ਾਇਦ ਆਪਣੀ ਜ਼ੁਬਾਨ ਦਾ ਇਸਤੇਮਾਲ ਬਿਹਤਰ ਤਰੀਕੇ ਦੇ ਨਾਲ ਨਹੀਂ ਕੀਤਾ ਕਿਸਾਨੀ ਅੰਦੋਲਨ ਦੌਰਾਨ ਉਸ ਨੇ ਬਹੁਤ ਸਾਰੇ ਇਹੋ ਜਿਹੇ ਬਿਆਨ ਦਿੱਤੇ ਜਿਸ ਤੋਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਇੱਕ ਕਿਸਾਨ ਬੀਬੀ ਮਹਿੰਦਰ ਕੌਰ ਦੇ ਬਾਰੇ ਦੇ ਵਿੱਚ ਉਸ ਨੇ ਗਲਤ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਬਠਿੰਡਾ ਦੇ ਵਿੱਚ ਕੇਸ ਜ਼ਾਇਰ ਹੋ ਗਿਆ ਉਸ ਦੇ ਖਿਲਾਫ ਤੇ ਹੁਣ 19 ਅਪ੍ਰੈਲ ਨੂੰ ਉਸ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨਤੀਜਾ ਨਿਕਲੇਗਾ ਇਸ ਦਾ ਕਿ ਇਹ ਬਠਿੰਡਾ ਅਦਾਲਤ ਵਿੱਚ ਕੰਗਣਾ ਰਣੌਤ ਪੇਸ਼ ਹੋਏਗੀ ਦੇਖੋ ਸਿਆਣੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਹਾਂ ਔਰ ਖਾਸ ਤੌਰ ਦੇ ਤੇ ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਬੈਠੇ ਹੋ ਕਿਸੇ ਪੋਜੀਸ਼ਨ ਤੇ ਬੈਠੇ ਹੋ ਮਾਈਕ ਤੁਹਾਡੇ ਕੋਲੇ ਹੋਵੇ ਕੈਮਰਾ ਤੁਹਾਡੇ ਕੋਲੇ ਤੁਹਾਡੇ ਸਾਹਮਣੇ ਹੋਵੇ ਹਾਂ ਫਿਰ ਤੁਹਾਡੀ ਰਿਸਪੌਂਸਿਬਿਲਟੀ ਬਹੁਤ ਵੱਧ ਜਾਂਦੀ ਹੈ ਕਿ ਕਿਹੜੀ ਚੀਜ਼ ਤੁਸੀਂ ਕਦੋਂ ਬੋਲਣੀ ਹੈ ਕਿੰਨੀ ਬੋਲਣੀ ਹੈ ਬਿਲਕੁਲ ਜਦੋਂ ਕੰਗਨਾ ਰਣੌਤ ਨੇ ਇਹ ਸੁਸ਼ਾੰਤ ਸਿੰਘ ਰਾਜਪੂਤ ਦੀ ਜਦੋਂ ਮੌਤ ਹੁੰਦੀ ਆ ਉਸ ਤੋਂ ਬਾਅਦ ਇਸ ਮਾਮਲੇ ਨੂੰ ਚੁੱਕਿਆ ਤੇ ਉਹਦੇ ਨਾਲ ਬੜੇ سارے ਲੋਕ ਜੁੜ ਗਏ ਹੂੰ ਇਸ ਕਰਕੇ ਜੁੜ ਗਏ ਕਿ ਉਹਨੇ ਠੀਕ ਮਾਮਲਾ ਇਹ ਚੁੱਕਿਆ ਕਿਤੇ ਇਹ ਕਤਲ ਤਾਂ ਨਹੀਂ ਹੂੰ ਅਰੇ ਹਾਲਾਂਕਿ ਉਹਦੇ ਵਿੱਚੋਂ ਕੁਝ ਨਿਕਲਿਆ ਨਹੀਂ ਪਰ ਉਹਨੇ ਇਹ ਮਾਮਲਾ ਬਹੁਤ ਉੱਪਰ ਤੱਕ ਲੈ ਗਏ ਉਹਦੇ ਵਿੱਚ ਇੱਕ ਲੜਕੀ ਜਿਹੜੀ ਉਹਦੀ دوست ਸੀਗੀ ਹੂੰ ਉਹਨੂੰ ਜੇਲ੍ਹ ਤੱਕ ਜਾਣਾ ਪੈ ਗਿਆ ਜੀ ਹਾਂ ਜੀ ਉਹ ਤਕੜੀ ਰਹੀ ਵਿਚਾਰੀ ਉਹ ਕੱਟ ਗਈ ਨਹੀਂ ਤਾਂ ਜਿੰਨਾ ਤੁਸੀਂ ਕਹ ਲਓ ਕਿ ਉਹਦੇ ਉੱਤੇ ਬੰਬਾਰਡਮੈਂਟ ਇਹਨ ਕਰਵਾਈ ਕੰਗਣਾ ਰਣੌਤ ਨੇ ਕੋਈ ਉਸ ਤਰ੍ਹਾਂ ਦੀ ਹਿੰਦੀ ਤੇ ਸੁਸਾਈਡ ਕਰ ਜਾਂਦੀ ਜੀ ਤਾਂ ਉਦੋਂ ਉਦੋਂ ਇਹ ਚਰਚਾ ਦੇ ਵਿੱਚ ਆਈ ਜਦੋਂ ਇੱਕ ਵਾਰੀ ਇਹੋ ਦੀ ਚਰਚਾ ਦੇ ਵਿੱਚ ਆ ਗਈ ਤੇ ਤੁਸੀਂ ਇਹ ਗੱਲ ਉਹਨਵਾਦਤ ਪੈ ਗਈ ਬਿਲਕੁਲ ਲਾਈਮ ਲਾਈਟ ਚ ਆਂਦੀ ਹਾਂ ਹਾਂ ਬਿਲਕੁਲ ਜੀ ਲਾਈਮ ਲਾਈਟ ਦੇ ਵਿੱਚ ਰਹਿਣਾ ਕਿਉਂਕਿ ਫਿਲਮਾਂ ਵਗੈਰਾ ਚਲਦੀਆਂ ਨਹੀਂ ਸੀ ਉਧਰੋਂ ਅ ਕਰੋਨਾ ਆ ਗਿਆ ਤੇ ਉਹਨੇ ਇੱਕ ਸੌਖਾ ਤਰੀਕਾ ਲੱਭ ਲਿਆ ਕਿਸਾਨਾਂ ਦੇ ਖਿਲਾਫ ਬੋਲਣ ਦਾ ਅ ਕਿਉਂਕਿ ਉਹਨਾਂ ਦਿਨਾਂ ਦੇ ਦੌਰਾਨ ਕੁਝ ਲੋਕ ਇਸ ਤਰ੍ਹਾਂ ਦੇ ਉੱਠੇ ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਬੋਲ ਕੇ ਉਸ ਕੁਝ ਸਮੇਂ ਦੇ ਵਾਸਤੇ ਖਬਰਾਂ ਤਾਂ ਬਣਾ ਲੀਆਂ ਪਰ ਲੋਕਾਂ ਦੇ ਵਿੱਚ ਤੋਏ ਤੋਏ ਬਹੁਤ ਹੋਈ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੈਗੇ ਹਰਦੀਪ ਗਰੇਵਾਲ ਹੋ ਗਿਆ ਸੁਜੀਤ ਜਿਆਣੀ ਹੋ ਗਿਆ ਇਸ ਤਰ੍ਹਾਂ ਦੇ ਕੁਝ ਲੋਕ ਸਨ ਹੂੰ ਕੰਗਣਾ ਰਣੋਥਕਰ ਬਹੁਤ ਅੱਗੇ ਲੰਘੀ ਹੂੰ ਉਹਨੇ ਇਹਨਾਂ ਨੂੰ ਖਾਲਸਤਾਨੀ ਅੱਤਵਾਦੀ ਪਾਕਿਸਤਾਨੀ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਦੇ ਨਾਲ ਸੰਬੋਧਨ ਕੀਤਾ ਉਹ ਉਦੋਂ ਫਸ ਗਈ ਦੀ ਜਦੋਂ ਉਹਨੇ ਇੱਕ ਬਜ਼ੁਰਗ ਮਹਿਲਾ ਜਿਹੜੀ ਇਥੋਂ ਅਮਿੰਦਰ ਕੌਰ ਇਸ ਅ ਐਜੀਟੇਸ਼ਨ ਦੇ ਵਿੱਚ ਪਾਰਟਿਸਪੇਟ ਕਰਦੀ ਸੀ ਕਿਉਂਕਿ ਜਿਹੜੇ ਲੋਕ ਬਹੁਤ ਸਖਤ ਕੰਮ ਕਰਦੇ ਆ ਅਕਸਰ ਉਹਨਾਂ ਦੇ ਕੁੱਬ ਪੈ ਜਾਂਦਾ ਇਹ ਮਾਤਾ ਮਹਿੰਦਰਕੌਰ ਵੀ ਉਹਨੂੰ ਕੁੱਬ ਪਿਆ ਹੋਇਆ ਇੰਨਾ ਕੰਮ ਉਹਨੇ ਕੀਤਾ ਇਹਨੇ ਉਹਦੀ ਫੋਟੋ ਲਾ ਕੇ ਤੇ ਇਹ ਟਵੀਟ ਕਰ ਦਿੱਤਾ ਕਿ ਇਹੋ ਜਿਹੀਆਂ ਜਿਹੜੀਆਂ ਐਜੀਟੇਸ਼ਨ ਦੇ ਵਿੱਚ ਜਾਂ ਕਿਸਾਨ ਅੰਦੋਲਨ ਦੇ ਵਿੱਚ ਜਾਂਦੀਆਂ ਨੇ ਔਰਤਾਂ ਇਹ 100-100 ਰੁਪਏ ਦਿਹਾੜੀ ਦੇ ਕੇ ਲੈਂਦੀਆਂ ਜਾਂਦੀਆਂ ਨੇ ਮਾਤਾ ਮਿੰਦਰਕੌਰ ਨੇ ਇਹਦਾ ਉਦੋਂ ਬੜਾ ਠੋਕਵਾ ਜਵਾਬ ਦਿੱਤਾ ਕਿ ਤੂੰ 100 ਛੱਡ ਤੂੰ 500 ਰੁਪਇਆ ਮੇਰੇ ਤੋਂ ਦਿਹਾੜੀ ਲਈ ਆ ਕੇ ਸਾਡੇ ਖੇਤਾਂ ਦੇ ਵਿੱਚ ਕੰਮ ਕਰਕੇ ਦੱਸ ਭਲਾ ਤੂੰ ਕੰਮ ਕਰ ਸਕਦੀ ਆ ਸਾਡੇ ਬਰਾਬਰ ਇਹਦਾ ਬੜੀ ਅਲੋਚਨਾ ਹੋਈ ਅਲੋਚਨਾ ਹੋਈ ਤੇ ਕੰਗਨਾ ਰਣੌਤ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਬਾਅਦ ਪਰ ਉਦੋਂ ਤੱਕ ਨਫ਼ਰਤ ਫੈਲ ਚੁੱਕੀ ਹੋਈ ਸੀ ਬਿਲਕੁਲ ਔਰ ਇਸ ਫੈਲੀ ਹੋਈ ਨਫ਼ਰਤ ਦੇ ਵਿੱਚ ਕੰਗਨਾ ਰਣੌਤ ਨੂੰ ਵੀ ਬਹੁਤ ਸਾਰਿਆਂ ਨੇ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਅਸਲ ਦੇ ਵਿੱਚ ਜੇ ਦੇਖੋ ਤੁਸੀਂ ਤਾਂ ਜਿਹੜੇ ਨੌਜਵਾਨ ਵਰਗ ਸਿਗਾ ਉਹ ਟਵਿੱਟਰ ਦੇ ਉੱਤੇ ਉਦੋਂ ਹੀ ਐਕਟਿਵ ਹੋਇਆ ਜਦੋਂ ਕੰਗਨਾ ਰਣੌਤ ਨੇ ਇਸ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਜਿਹੜੀਆਂ ਸੀ ਉਹ ਇਸ ਸੋਸ਼ਲ ਮੀਡੀਆ ਦੇ ਰਾਹੀਂ ਕਰਨੀਆਂ ਸ਼ੁਰੂ ਕੀਤੀਆਂ ਉਹ ਇਹਨੂੰ ਬੈਨ ਵੀ ਕਰ ਦਿੱਤਾ ਗਿਆ ਜੀ ਉਹ ਟਵਿੱਟਰ ਦੇ ਉੱਤੇ ਅੱਜ ਕੱਲ ਹੈ ਨਹੀਂ ਜੀ ਉਦੋਂ ਇਹ ਮਾਮਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ 87 ਸਾਲਾ ਦੀ ਇਹ ਬਹਾਦਰਗੜ੍ਹ ਡੰਡੀਆਂ ਦੀ ਰਹਿਣ ਵਾਲੀ ਹੈ ਮਾਤਾ ਮਹਿੰਦਰ ਕੌਰ ਉਹਨੇ ਜਿਹੜਾ ਸੀ ਮਾਨਹਾਨੀ ਦਾ ਕੇਸ ਕਰਦਾ ਕੰਗਨਾਰਣੌਤ ਤੇ 13 ਮਹੀਨੇ ਸੁਣਵਾਈ ਚੱਲੀ ਔਰ ਮਾਤਾ ਮਹਿੰਦਰ ਕੌਰ ਦੇ ਵਕੀਲ ਜਿਹੜੇ ਨੇ ਰਗਵੀਰ ਸਿੰਘ ਉਹ ਇਹ ਕਹਿੰਦੇ ਕੇ ਇਸ ਮਾਮਲੇ ਦੇ ਵਿੱਚ 4 ਜਨਵਰੀ 2021 ਨੂੰ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਸੀ 13 ਮਹੀਨੇ ਸੁਣਵਾਈ ਚੱਲੀ ਹੁਣ ਅਦਾਲਤ ਨੇ ਕੰਗਨਾਰਣੌਤ ਨੂੰ ਸੱਮਣ ਜਾਰੀ ਕੀਤਾ ਤੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਆਖਿਆ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਉਹਨੂੰ ਬਿਲਕੀ ਇਸ ਬਾਨੋ ਸਮਝ ਲਿਆ ਸੀ ਬਿਲਕੀ ਇਸ ਬਾਨੋ ਜਿਹੜੀ ਕਿ ਜਦੋਂ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਪ੍ਰੋਟੈਸਟ ਹੋ ਰਿਹਾ ਸੀਗਾ ਉੱਥੇ ਮੇਨ ਚਿਹਰਾ ਸੀ ਚਾਹੇ ਦੇਖੋ ਚਾਹੇ ਉਹ ਬਿਲਕੀ ਇਸ ਬਾਨੋ ਹੋਵੇ ਜਾਂ ਮਾਤਾ ਮਹਿੰਦਰ ਕੌਰ ਹੋਵੇ ਦੋਨੋਂ ਬਜ਼ੁਰਗ ਔਰਤਾਂ ਨੇ ਬਜ਼ੁਰਗ ਨਾ ਵੀ ਹੋਣ ਔਰਤ ਨੇ ਹਾਂ ਟੋਕਟ ਜਿਹੜਾ ਸਾਡਾ ਕਲਚਰ ਹੈ ਉਹ ਸਾਨੂੰ ਇਸ ਚੀਜ਼ ਦੀ ਪਰਮਿਸ਼ਨ ਤਾਂ ਨਹੀਂ ਨ ਦਿੰਦਾ ਕਿ ਬਿਨਾ ਜਾਣੇ ਤੋਂ ਤੁਸੀਂ ਕਿਸੇ ਦੇ ਉੱਤੇ ਇਸ ਤਰ੍ਹਾਂ ਦਾ ਚਿੱਕੜ ਸੁੱਟੋ ਕੀ ਬਿਲਕੁਲ ਸਬਾਨੋ ਹੋਈ ਉਹਨੂੰ ਸ਼ਾਹੀਨ ਬਾਗ ਦੇ ਉੱਤੇ ਉਹਦਾ ਐਜੀਟੇਸ਼ਨ ਕਰਨ ਦਾ ਰਾਈਟ ਕੋਈ ਖੋ ਸਕਦਾ ਹੈ ਸੰਵਿਧਾਨ ਉਹਨੂੰ ਇਜਾਜ਼ਤ ਦਿੰਦਾ ਬਿਲਕੁਲ ਮਹਾਤਮਿੰਦਰ ਕੌਰ ਨੂੰ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿ ਕਿਸੇ ਵੀ ਐਜੀਟੇਸ਼ਨ ਦੇ ਵਿੱਚ ਉਹ ਜਾ ਕੇ ਪਾਰਟਿਸਪੇਟ ਕਰ ਸਕਦੀ ਹੈ ਕੰਗਣਾ ਰਣੌਤ ਦਾ ਮੂੰਹ ਕੰਨਾਂ ਤੱਕ ਪਟਿਆ ਹੋਇਆ ਔਰ ਇਹਨੇ ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਹਜੇ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਇਹਨਾਂ ਤੁਹਾਨੂੰ ਯਾਦ ਹੋਣਾ ਕੀਰਤਪੁਰ ਦੇ ਵਿੱਚ ਕਿਸਾਨਾਂ ਨੇ ਘੇਰ ਲਿਆ ਸੀ ਜੀ ਔਰਤਾਂ ਨੇ ਇਹਨੂੰ ਅੱਗੇ ਨਹੀਂ ਸੀ ਲੰਘਣ ਦਿੱਤਾ ਉੱਥੇ ਮਾਫੀ ਮੰਗ ਕੇ ਜਿਹੜੀ ਉਹ ਛੁੱਟੀ ਇਹ ਕਿਹਾ ਕਿ ਮੈਂ ਤਾਂ ਉਹ ਗੱਲ ਸ਼ਹੀਨ ਬਾਗ ਵਾਲੀ ਔਰਤ ਦੇ ਬਾਰੇ ਦੇ ਵਿੱਚ ਕਹੀ ਸੀ ਹਮ ਔਰਤਾਂ ਨੇ ਕਿਹਾ ਬੇਸ਼ੱਕ ਤੂੰ ਉਹਦੇ ਵਾਸਤੇ ਕਹੀ ਹੋਵੇ ਅਸੀਂ ਤਾਂ ਵੀ ਤੈਨੂੰ ਇੱਥੋਂ ਨਿਕਲ ਨਹੀਂ ਦਿੰਦੇ ਹਮ ਇਹ ਮਾਫੀ ਮੰਗਣੀ ਪਈ ਮਾਫੀ ਮੰਗ ਕੇ ਉਹ ਉਥੋਂ ਗਈ ਬਾਅਦ ਦੇ ਵਿੱਚ ਜਾਂਦਿਆਂ ਸਾਰ ਦਿੱਲੀ ਕਹਿੰਦੀ ਮੈਂ ਤਾਂ ਕੋਈ ਮਾਫੀ ਮੰਗੀ ਨਹੀਂ ਬਿਲਕੁਲ ਔਰ ਬੋਲਿੰਜਿੰਗ ਵੀ ਕਹਤਾ ਜੀ ਜੇ ਪੁਲਿਸ ਤੇਜ਼ੀ ਦੇ ਨਾਲ ਉਹਨੂੰ ਨਾ ਕੱਢਦੀ ਤੂੰ ਪਤਾ ਨਹੀਂ ਕਿੱਥੇ ਕਿੱਥੇ ਡੜਾਦੀ ਉਹ ਲੋਕਾਂ ਨੇ ਰੋਕ ਲੈਣਾ ਸੀਗਾ ਹੁਣ ਇਹ ਦੇਖੋ ਇਹ ਅਜੇ ਮਹਿਜ਼ ਨੋਟਿਸ ਜਾਰੀ ਹੋਇਆ ਉਹਦਾ ਸੰਭਣ ਜਾਰੀ ਹੋਇਆ ਉਹਨੇ ਕੋਸ਼ਿਸ਼ ਕਰਨੀ ਆ ਹੁਣ ਜਿਹੜਾ ਐਂਟੀਸੀਪੇਟਰੀ ਲੈਣ ਦੀ ਐਂਟੀਸੀਪੇਟ ਮਿਲਦੀ ਆ ਨਹੀਂ ਮਿਲਦੀ ਉਹ ਆਪਣੀ ਜਗ੍ਹਾ ਦੇ ਉੱਤੇ ਆ ਜੇ ਉਦੋਂ ਮਾਫੀ ਮੰਗ ਲੈਂਦੀ ਤੇ ਘੱਟੋ ਘੱਟ ਇਹ ਮੁਸ਼ਕਲ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਕੈਰੀਅਰ ਤਾਂ ਉਹਦਾ ਜਿੱਥੇ ਇੱਕ ਖੜਾ ਉਹ ਧਿੰਦਾ ਹੀ ਆ ਇਸ ਵੇਲੇ ਉਹ ਐਕਚੁਅਲੀ ਇਹੋ ਜੇ ਕੰਮਾਂ ਦੇ ਵਿੱਚੋਂ ਹੀ ਪ੍ਰਸਿੱਧੀ ਪਾੜਦੀ ਹੈ ਜੀ 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 ਪਾਨ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਲਾਕਾਰ ਹੈ ਕੰਗਣਾ ਰਣੌਤ ਵਰਗੇ ਇਹ ਜਦੋਂ ਪਰਦੇ ਤੇ ਆਉਂਦੇ ਹੈ ਤਾਂ ਲੋਕ ਇਹਨਾਂ ਤੋਂ ਬਹੁਤ ਕੁਝ ਅੱਛਾ ਐਕਸਪੈਕਟ ਕਰਦੇ ਹੈ ਕਿਉਂਕਿ ਕਹਿੰਦੇ ਕਿ ਜੋ ਕੁਝ ਬੱਚੇ ਸਾਡੀ ਨੌਜਵਾਨ ਪੀੜ੍ਹੀ ਔਰ ਬੱਚੇ ਜਦੋਂ ਕੈਮਰੇ ਦੇ ਵਿੱਚ ਜੋ ਚੀਜ਼ ਦੇਖਦੇ ਹੈ ਉਹੀ ਚੀਜ਼ ਨੂੰ ਉਹ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ ਹੈ ਸੋ ਜਦੋਂ ਇਹੋ ਜਿਹੀ ਕਲਾਕਾਰ ਇਹੋ ਜਿਹਾ ਬਿਆਨ ਦਿੰਦੇ ਹੈ ਤਾਂ ਨੌਜਵਾਨ ਪੀੜ੍ਹੀ ਤੇ ਇਸ ਦਾ ਕਿੰਨਾ ਮਾੜਾ ਅਸਰ ਪੈਂਦਾ ਦੇਖੋ ਜਿਹੜਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਸਾਈਟ ਤੇ ਤੁਸੀਂ ਕਿਸੇ ਨੂੰ ਫੋਲੋ ਕਰਦੇ ਹੋ ਫੋਲੋ ਦਾ ਮਤਲਬ ਕੀ ਹੈ ਜੀ ਹੂੰ ਇਕਾਂ ਤੁਸੀਂ ਉਹਦੇ ਵਰਗਾ ਬਣਨਾ ਚਾਹੁੰਦੇ ਹੋ ਉਹਨੂੰ ਜਿਹੋ ਜਿਹਾ ਉਹਦੀ ਦਿੱਖ ਹੈ ਉਹੋ ਜਿਹਾ ਚਾਹੁੰਦੇ ਜਿਹੋ ਜਿਹਾ ਉਹਦੇ ਵਿਚਾਰ ਹੈ ਉਹਨੂੰ ਉਹੋ ਜਿਹਾ ਬਣਨਾ ਚਾਹੁੰਦੇ ਹੋ ਫੋਲੋਅਰ ਦਾ ਮਤਲਬ ਇਹੀ ਹੈ ਨਾ ਜੀ ਜੀ ਤੇ ਜਿਹਨੂੰ ਫੋਲੋ ਕਰ ਰਹੇ ਹੋ ਉਹਨੂੰ ਘੱਟੋ ਘੱਟ ਆਪਣਾ ਨਿੱਜਤਾ ਸੁਥਰਾ ਰੱਖਣਾ ਚਾਹੀਦਾ ਨਾ ਬਿਲਕੁਲ ਜੇ ਜਿਹਨੂੰ ਫੋਲੋ ਕਰ ਰਹੇ ਹੋ ਜੇ ਉਹਦਾ ਆਪਣਾ ਨਿੱਜ ਸੁਥਰਾ ਨਹੀਂਗਾ ਉਹਨੂੰ ਉਹਦੀ ਉਹਦਾ ਭਾਸ਼ਾ ਦੇ ਉੱਤੇ ਕੋਈ ਕੰਟਰੋਲ ਨਹੀਂਗਾ ਜੋ ਉਹਦੇ ਮੂੰਹ ਦੇ ਵਿੱਚ ਆਇਆ ਉਹ ਬੋਲੀ ਜਾ ਰਿਹਾ ਜਾਂ ਬੋਲੀ ਜਾ ਰਹੀ ਹੈ ਤੇ ਫਿਰ ਕਸੂਰ ਲੋਕਾਂ ਦਾ ਤਾਂ ਨਹੀਂਗਾ ਨਾ ਜੀ ਕਸੂਰ ਉਹਦਾ ਤੁਹਾਨੂੰ ਕਈ ਵਾਰੀ ਇੱਕ ਪ੍ਰਸਿੱਧੀ ਮਿਲ ਜਾਂਦੀ ਹੈ ਪਰ ਉਸ ਪ੍ਰਸਿੱਧੀ ਨੂੰ ਕਾਇਮ ਰੱਖਣਾ ਉਹਨੂੰ ਮੇਨਟੇਨ ਰੱਖਣਾ ਤਾਂ ਜਿਹਨੂੰ ਪ੍ਰਸਿੱਧੀ ਮਿਲੀ ਆਏ ਉਹਦੀ ਡਿਊਟੀ ਹੈ ਨਾ ਲੋਕਾਂ ਦੀ ਡਿਊਟੀ ਥੋੜੀ ਹੈ ਬਿਲਕੁਲ ਤੋਂ ਇਸ ਕਰਕੇ ਇਹ ਇਹਦੇ ਵਿੱਚ ਲੋਕਾਂ ਦਾ ਕਸੂਰ ਨਹੀਂਗਾ ਕੋਈ ਉਹਦੇ ਦੌਰਾਨ ਇਹਨੇ ਭੱਦੀਆਂ ਟਿੱਪਣੀਆਂ ਕਰਕੇ ਬੱਲੇ ਬੱਲੇ ਵਾਹ ਵਾਹ ਕਰਾਉਣੀ ਚਾਹੀ ਵਾਈ ਸਿਕਿਉਰਟੀ ਲਈ ਹੂੰ ਔਰ ਉਹ ਸਿਕਿਉਰਟੀ ਲੈ ਕੇ ਲਗਾਤਾਰ ਇਹ ਬੋਲਦੀ ਰਹੀ ਜਿਸ ਤੇ ਇਹਨਾਂ ਨੂੰ ਕੀਰਤ ਪਰ ਘੇਰਿਆ ਉਹ ਦਿਨ ਵੀ ਕਾਰ ਚ ਬੈਠੀ ਜਿਹੜੀ ਉਹ ਟਵੀਟ ਕਰੀ ਆਪਣੇ ਇੱਕ ਸੋਸ਼ਲ ਸਾਈਟ ਤੇ ਲਿਖੀ ਜਾ ਰਹੀ ਸੀ ਟਵਿੱਟਰ ਦੇ ਉੱਤੇ ਤਾਂ ਹੈ ਨਹੀਂ ਖੈਰ ਉਹ ਟਵਿੱਟਰ ਦੇ ਉੱਤੇ ਤਾਂ ਉਹਨੂੰ ਬੈਨ ਕਰ ਦਿੱਤਾ ਗਿਆ ਉਹਨੇ ਲੂਜ਼ ਕੀਤਾ ਜੀ ਉਹ ਚਾਹੇ ਸੁਸ਼ਾਂਤ ਵਾਲੇ ਮਾਮਲੇ ਦੇ ਵਿੱਚ ਫਿਲਮ ਇੰਡਸਟਰੀ ਹੋਵੇ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣੀ ਆ ਹੋਰ ਉਹਦੇ ਉੱਤੇ ਇਹ ਟਿੱਪਣੀਆਂ ਕਰ ਰਹੀ ਸੀ ਕਿ ਉਹਨੇ ਤਾਂ ਹੀਰੋਇਨ ਜਿਹੜੀ ਆ ਉਹ ਗਲਤ ਚੂਜ਼ ਕਰ ਲਈ ਆ ਵੀ ਇਹਨੂੰ ਜੇ ਚੂਜ਼ ਕਰਦਾ ਉਹ ਪ੍ਰੋਡਿਊਸਰ ਤੇ ਠੀਕ ਸੀ ਦੂਜੀ ਚੂਜ਼ ਕਰ ਲਈ ਤਾਂ ਉਹ ਗਲਤ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਟਰੋਵਰਸੀ ਜਿਹੜੀ ਆ ਉਹ ਕ੍ਰੀਏਟ ਕਰਕੇ ਖਬਰਾਂ ਦੇ ਵਿੱਚ ਰਹਿਣਾ ਚਾਹੁੰਦੀ ਆ ਫਿਰ ਭੁਗਤਣਾ ਤਾਂ ਕਿਤੇ ਨਾ ਕਿਤੇ ਪਹਿਣਾ ਹੀ ਆ ਥੋੜਾ ਬਹੁਤ ਜੀ ਜੀ ਬਿਲਕੁਲ ਪੰਨੂ ਜੀ ਕਹਿੰਦੇ ਨੇ ਬੁਲੰਦੀਆਂ ਤੇ ਪਹੁੰਚਣਾ ਕਮਾਲ ਨਹੀਂ ਬੁਲੰਦੀਆਂ ਤੇ ਠਹਿਰਨਾ ਕਮਾਲ ਹੁੰਦਾ ਹੈ ਤੇ ਬੁਲੰਦੀਆਂ ਤੇ ਠਹਿਰਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ੁਬਾਨ ਦਾ ਇਸਤੇਮਾਲ ਹੈ ਉਹਨੂੰ ਵੀ ਬੜਾ ਸੋਚ ਸਮਝ ਕੇ ਕਰੀਏ ਸੋ ਪੰਨੂ ਜੀ ਤੁਸੀਂ ਸਟੂਡੀਓ ਵਿੱਚ ਆ ਕੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਸੋ ਏਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ ਨਵੇਂ ਮੁੱਦਿਆਂ ਤੇ ਨਵੀਂ ਚਰਚਾ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ